ਸਸੀ ਗਾਲ ਜੀ ਸਾਰਿਆਂ ਨੂੰ ਗੁੱਡ ਇਵਨਿੰਗ ਸਵਾਗਤ ਹੈ ਜੀ ਤੁਹਾਡਾ ਪੰਜਾਬ ਵੱਡਾ 247 ਦੇ ਅਫੀਸ਼ੀਅਲ YouTube ਚੈਨਲ ਤੇ ਮੈਂ ਮਹਿੰਦਰ ਇੱਕ ਵਾਰ ਫਿਰ ਪਾਜ ਲਾਈਵ ਹੋਏ ਹਾਂ ਜੀ ਪੰਜਾਬ ਪੁਲਿਸ ਕਨਸਟੈਂਟ ਮੈਡ ਦੇ ਵਿੱਚ ਰੀਜਨਿੰਗ ਦੀ ਕਲਾਸ ਲੈ ਕੇ ਜਿਸ ਦੇ ਵਿੱਚ ਆਪਾਂ ਕਰਿਆ ਜੀ ਐਕਸਪੈਕਟਿਡ ਪੇਪਰ ਤੇ ਅੱਜ ਹੈ ਜੀ ਐਕਸਪੈਕਟਿਡ ਪੇਪਰ ਕਲਾਸ ਨੰਬਰ 27 ਸੋ ਇਸ ਤੋਂ ਪਹਿਲਾਂ ਅਗਰ ਤੁਸੀਂ 26 ਕਲਾਸੇ ਜਪਣੀਆਂ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਜ਼ਰੂਰ ਦੇਖਣਾ ਬਿਕੋਜ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਤੁਹਾਨੂੰ ਕਰਵਾਏ ਗਏ ਹੈ ਤੇ ਉਮੀਦ ਕਰਦਾ ਤੁਸੀਂ ਬਿਲਕੁਲ ਠੀਕ ਹੋਵੋਗੇ ਔਰ ਆਪਦੀ ਤਿਆਰੀ ਜਿਹੜੀ ਉਹਨੂੰ ਬੜੇ ਹੀ ਜ਼ਬਰਦਸਤ ਤਰੀਕੇ ਦੇ ਨਾਲ ਕਰ ਰਹੇ ਹੋਗੇ ਕਿਉਂਕਿ ਹੁਣ ਪੇਪਰਾਂ ਦਾ ਜਿਹੜਾ ਟਾਈਮ ਹੈ ਉਹ ਆ ਚੁੱਕਿਆ ਹੈ ਅਗਲੇ ਮਹੀਨੇ ਨੈਕਸਟ ਮੰਥ ਆਪਾਂ ਮੈਹੀ ਦੀ ਗੱਲ ਕਰੀਏ ਤਾਂ ਮਈ ਤੋਂ ਪੇਪਰ ਆਪਣੇ ਜਿਹੜੇ ਹੈ ਉਹ ਸਟਾਰਟ ਹੋਣਗੇ ਜੋ ਕਿ ਅੱਗੇ ਨੈਕਸਟ ਕਾਫੀ 2 3 4 ਮਹੀਨਿਆਂ ਤੱਕ ਪੇਪਰ ਚੱਲਣਗੇ ਚੱਲਣਗੇ ਬੈਕ ਟੂ ਬੈਕ ਸਾਰੇ ਐਗਜ਼ਾਮਾਂ ਚਾਹੇ ਮੈਂ ਪੰਜਾਬ ਪੁਲਿਸ ਦੀ ਗੱਲ ਕਰਾਂ ਚਾਹੇ ਮੈਂ ਗੱਲ ਕਰਾਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਚਾਹੇ ਉਹ ਪੀ ਟ੍ਰਿਪਲ ਐਸ ਵੀ ਹੈ ਚਾਹੇ ਪੰਜਾਬ ਪਟਵਾਰੀ ਹੈ ਹਰ ਇੱਕ ਐਗਜ਼ਾਮ ਦੀ ਡੇਟ ਜਿਹੜੀ ਉਹ ਡਿਸਾਈਡ ਲਗਭਗ ਹੋ ਚੁੱਕੀ ਹੈ ਤਾਂ ਹੁਣ ਜਿਹੜੀ ਆਪਦੀ ਤਿਆਰੀ ਹੈ ਉਹਨੂੰ ਬੜੇ ਹੀ ਜ਼ਬਰਦਸਤ ਤਰੀਕੇ ਦੇ ਨਾਲ ਆਪਾਂ ਕਰਨਾ ਹੈ ਹਾਂਜੀ ਰਾਜੇ ਸਾਰਿਆਂ ਨੂੰ ਪਿਆਰ ਪਰਿਸ਼ਸ਼ੀਕਾਲਨ ਨਮਸਕਾਰ ਨਮਸਕਾਰ ਸਾਰਿਆਂ ਨੂੰ ਸੋ ਸਾਰੇ ਜਣੇ फटाफट ਇੱਕ ਵਾਰ ਥੰਬਸ ਅਪ ਕਰ ਦਿਓ ਵੀ ਆਡੀਓ ਵੀਡੀਓ ਗਰ ਓਕੇ ਆ ਰਹੀ ਹੈ ਤਾਂ फटाफट ਇੱਕ ਵਾਰ ਥੰਬਸ ਅਪ ਕਰ ਦਿਓ ਕਿ ਯੈਸ ਸਰ ਆਡੀਓ ਵੀਡੀਓ ਬਿਲਕੁਲ ਓਕੇ ਆ ਰਹੀ ਹੈ ਤੇ ਫਿਰ ਕਰਦੇ ਆ ਅੱਜ ਦੇ ਸੈਸ਼ਨ ਦਾ ਆਗਾਜ਼ ਤੇ ਇੱਕ ਮੋਟੀਵੇਸ਼ਨਲ ਕਯੋਟ ਦੇ ਨਾਲ ਤਾਂ ਸਭ ਤੋਂ ਪਹਿਲਾਂ ਦੇਖੋ ਅੱਜ ਦਾ ਮੋਟੀਵੇਸ਼ਨਲ ਕਯੋਟ ਕੀ ਕਹਿ ਰਿਹਾ ਕਹਿੰਦਾ ਕਿ ਰੱਖ ਹੌਸਲਾ ਉਹ ਮੰਜ਼ਰ ਵੀ ਆਏਗਾ ਰੱਖ ਹੌਸਲਾ ਉਹ ਮੰਜ਼ਰ ਵੀ ਆਏਗਾ ਪਿਆਸੇ ਕੇ ਪਾਲ ਪਾਸ ਚੱਲ ਕੇ ਸਮੁੰਦਰ ਵੀ ਆਏਗਾ प्यासे के पास चल के समंदर भी आएगा थक कर न बैठ ए मंजिल के मुसाफिर थककर न बैठ ए मंजिल के मुसाफिर मंजिल भी मिलेगी और मिलने का मजा भी आएगा तब बिल्कुल राइट है हूं मंजिल ਮਿਲੰਦਾ ਟਾਈਮ ਆ ਚੁੱਕਿਆ ਹੈ ਮੰਜ਼ਿਲ ਪਹੁੰਚਣ ਦਾ ਟਾਈਮ ਆ ਚੁੱਕਿਆ ਹੈ ਤੇ ਹੁਣ ਆਪਾਂ ਥੱਕ ਹਾਰ ਕੇ ਬਹਿ ਨਹੀਂ ਜਾਣਾ ਹਿੰਮਤ ਨਹੀਂ ਹਾਰਨੀ ਹੌਸਲਾ ਨਹੀਂ ਛੱਡਣਾ ਕਿਉਂਕਿ ਹੁਣ ਫਾਈਨਲੀ ਆਪਾਂ ਆਪਣੀ ਮੰਜ਼ਿਲ ਤੇ ਪਹੁੰਚਣ ਵਾਲੇ ਆ ਤਾਂ ਤੁਸੀਂ ਸਾਰੇ ਜਿਹਨੇ ਵੀ ਜੋ ਵੀ ਗਵਰਨਮੈਂਟ ਜੌਬ ਦਾ ਸੁਪਨਾ ਦੇਖ ਰੱਖਿਆ ਹੈ ਹਰ ਇੱਕ ਬੱਚੇ ਦਾ ਸੁਪਨਾ ਹੁਣ ਪੂਰਾ ਹੋਣ ਜਾਏਗਾ ਕਿਉਂਕਿ ਬਹੁਤ ਸਾਰੀ ਵੈਕੈਂਸੀਜ਼ ਆ ਰਹੀਆਂ ਹੈ ਆਈਆਂ ਹੋਈਆਂ ਉਹਨਾਂ ਦੇ ਇਗਜ਼ਾਮ ਹੋਣ ਵਾਲੇ ਆ ਤਾਂ ਇਸ ਲਈ ਹੁਣ ਥੱਕ ਹਾਰ ਕੇ ਨਹੀਂ ਬਹਿਣਾ ਹੁਣ ਆਪਦੀ ਤਿਆਰੀ ਨੂੰ ਬੜੇ ਹੀ ਜ਼ਬਰਦਸਤ ਤਰੀਕੇ ਦੇ ਨਾਲ ਕਰਨਾ ਤੇ ਅਸੀਂ ਵੀ ਤੁਹਾਡੀ ਤਿਆਰੀ ਨੂੰ ਉਨੇ ਹੀ ਜ਼ਬਰਦਸਤ ਤਰੀਕੇ ਦੇ ਨਾਲ ਕਰਵਾਉਣ ਦੇ ਲਈ ਹਰ ਵਾਰ ਕੁਝ ਨਾ ਕੁਝ ਨਵਾਂ ਲੈ ਕੇ ਆ ਰਹੀਆਂ ਜਿਵੇਂ ਕਿ ਸਭ ਤੋਂ ਪਹਿਲਾਂ ਜੀਕੇ ਦੀ ਵਿਜਾਰਤ ਕੱਲ ਮਤਲਬ ਕਿ ਕੱਲ 26 April ਨੂੰ ਸ਼ਾਮ ਨੂੰ 7 ਵਜੇ ਆਪਣੀ ਜੋ ਇੱਕ ਕਲਾਸ ਹੈ ਇਸ ਤੋਂ ਜਸਟ ਬਾਅਦ ਇੱਕ ਕਲਾਸ ਖਤਮ ਹੋਏਗੀ ਕੱਲ ਦੇ ਦਿਨ ਤੇ ਉਸ ਤੋਂ ਜਸਟ ਬਾਅਦ ਸਟਾਰਟ ਹੋਏਗੀ ਤੁਹਾਡੀ ਜੀਕੇ ਦੀ ਵਿਜਾਰਤ ਜੋ ਕਿ ਮਹਾ ਮੈਰਾਥਨ ਲੈ ਕੇ ਆ ਰਿਹਾ ਹੈ ਤੁਹਾਡੇ ਫਤੇ ਸਰ ਔਰ ਮਨੋਜ ਸਰ ਤਾਂ is, ਇਹ ਵਾਲਾ ਜਿਹੜੀ ਮੈਰਾਥਨ ਹੈ ਇਹਨੂੰ ਤੁਸੀਂ ਦਬਾ ਕੇ ਸ਼ੇਅਰ ਕਰਨਾ ਹੈ ਤੁਹਾਡੇ WhatsApp, Insta, Telegram, Facebook ਜਿੱਥੇ ਵੀ ਤੁਸੀਂ ਜੁੜੇ ਹੋਇਓ ਤਾਂ ਕਿ ਜਿਆਦਾ ਤੋਂ ਜਿਆਦਾ ਬੱਚੇ ਇਸ ਦਾ ਫਾਇਦਾ ਲੈ ਸਕਣ ਔਰ ਸਾਡਾ ਇੱਕ ਹੀ ਮੋਟਿਵ ਹੈ ਕਿ ਪੰਜਾਬ ਦਾ ਹਰ ਬੱਚਾ ਜੋ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਿਹਾ ਹੈ ਡੈਫੀਨਿਟਲੀ ਗਵਰਨਮੈਂਟ ਜੌਬ ਤੇ ਜਾਵੇ ਹੀ ਜਾਵੇ ਤਾਂ ਉਸ ਦੇ ਨਾਲ ਨਾਲ ਤੁਹਾਡੀ ਹੋਰ ਹੈਲਪ ਜੋ ਕਰੇਗੀ ਅਡਾ 247 ਦੀ ਵਾਲੀ ਐਪਲੀਕੇਸ਼ਨ ਕਰੇਗੀ ਤਾਂ ਇਸ ਐਪ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਲੱਗੇ ਹੋਏ ਲਿੰਕ ਤੋਂ ਕੀ ਕਰਨਾ ਹੈ ਭਾਈ ਡਾਊਨਲੋਡ ਕਰ ਲੈਣਾ ਹੈ ਐਪ ਦਾ ਨਾਮ ਕੀ ਹੈ ਅਡਾ 247 ਤਾਂ ਇਸ ਐਪ ਨੂੰ ਜ਼ਰੂਰ ਆਪ ਦੇ ਫੋਨ ਤੇ ਇਹ ਚੈਨਲ ਰੱਖੋ ਔਰ ਉਸਦੇ ਨਾਲ-ਨਾਲ ਪੰਜਾਬ ਅੱਡਾ 247 ਦਾ ਅਫੀਸ਼ੀਅਲ YouTube ਚੈਨਲ ਜਿਹੜਾ ਹੈ ਇਸ ਨੂੰ ਸਬਸਕ੍ਰਾਈਬ ਕਰਨਾ ਹੈ ਔਰ ਬੈਲ ਆਈਕਨ ਦਬਾ ਲੈਣੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੀ ਕਰਨਾ ਹੈ ਬੈਲ ਆਈਕਨ ਦਬਾ ਲੈਣੀ ਹੈ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਲੀਅਰ ਹੈ ਭਾਈ ਕਲੀਅਰ ਹੈ ਪੇਪਰ ਨੰਬਰ 27 ਵਾਸਤੇ ਰੈਡੀਓ ਸਾਰੇ ਜਿਹੜੇ ਫਟਾਫਟ ਇੱਕ ਵਾਰ ਦੱਸ ਦੋ ਕਿ ਯੈਸ ਸਰ ਵੀ ਆਰ ਰੈਡੀ ਫਟਾਫਟ ਕਮੈਂਟ ਬਾਕਸ ਦੇ ਵਿੱਚ ਕਰ ਦੋ ਰੈਡੀ 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 ਤੇ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਗਿਆ ਫਰਸਟ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਹੈ ਦੇਖਦੇ ਹਾਂ ਇਸ ਦਾ ਆਨਸਰ ਸਭ ਤੋਂ ਪਹਿਲਾਂ ਤੁਹਾਡੇ ਵਿੱਚੋਂ ਅੱਜ ਕੌਣ ਕਰਦਾ ਹੈ ਦੋ ਕੁਐਸਚਨ ਮਾਰਕ ਲੱਗੇ ਹੋਏ ਆ ਦੋ ਕੁਐਸਚਨ ਮਾਰਕ ਹੈਗੇ ਆ ਇੱਥੇ ਇਹਨਾਂ ਦੋਨਾਂ ਦੀ ਆਪਾਂ ਵੈਲਿਊ ਦੱਸਣੀ ਹੈ ਕੀ ਹੋਏਗੀ ਇਹਨਾਂ ਦੋਨਾਂ ਕੁਐਸਚਨ ਮਾਰਕ ਦੀ ਵੈਲਿਊ ਦੱਸਣੀ ਹੈ ਕੀ ਹੋਏਗੀ ਕਹਿੰਦਾ ਜੀ ਕੰਪਲੀਟ ਦਾ ਫੋਲੋਇੰਗ ਸੀਰੀਜ਼ ਇਸ ਸੀਰੀਜ਼ ਨੂੰ ਕੰਪਲੀਟ ਕਰਨਾ ਹੈ ਕੁਐਸਚਨ ਮਾਰਕ ਦੀ ਵੈਲਿਊ ਜਿਹੜੀ ਹੈ ਉਹ ਆਪਾਂ ਫਾਈਂਡ ਕਰਨੀ ਹੈ ਕੁਆਸ਼ਨ ਮਾਰਕ ਦੀ ਵੈਲਿਊ ਫਾਈਂਡ ਕਰਨੀ ਆ ਵੀ ਫਟਾਫਟ ਦੱਸ ਦੋ ਕੀ ਹੋਏਗਾ ਇਸ ਦਾ ਆਨਸਰ ਪਹਿਲਾ ਕੁਆਸ਼ਨ ਅੱਜ ਦਾ ਤੁਹਾਡੀ ਸਕਰੀਨ ਤੇ ਆ ਚੁੱਕੇ A ਆਪਸ਼ਨ ਦੇ ਨਾਲ ਜਾ ਰਹੇ ਹਾਂ C ਆਪਸ਼ਨ ਦੇ ਨਾਲ ਜਾ ਰਹੇ ਹਾਂ ਚਲੋ ਚੈੱਕ ਕਰੀਏ ਭਾਈ ਚਲੋ ਚੈੱਕ ਕਰਦੇ ਹਾਂ ਬੇਸਿਕ ਤੋਂ ਕਦੋਂ ਤੋਂ ਸਟਾਰਟ ਕਰਨਾ ਹੈ ਅਮਨ ਚੀਮਾ ਸਾਹਿਬ ਬੇਸਿਕ ਤੋਂ ਆਪਾਂ ਕਰਾਂਗੇ ਮੰਡੇ ਤੋਂ ਸਟਾਰਟ ਤਾਂ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਕੀ ਆ ਗਿਆ 7 ਤੋਂ 16 ਤਾਂ ਦੇਖੋ ਮੈਂ ਅਗਰ ਇਹ ਨੰਬਰ ਦੇਖਾ ਤਾਂ ਜਸਟ ਕੀ ਮੈਨੂੰ ਦਿਖ ਰਿਹਾ ਜਸਟ ਇੱਕ ਹੀ ਦਿਖ ਰਿਹਾ ਇਹਦੇ ਡਬਲ ਦੇ ਬਰਾਬਰ ਫਿਰ ਅਗਲਾ ਨੰਬਰ ਵੀ ਡਬਲ ਦੇ ਬਰਾਬਰ ਹੈ ਫਿਰ ਅਗਲਾ ਨੰਬਰ ਵੀ ਡਬਲ ਦੇ ਬਰਾਬਰ ਆ ਰਿਹਾ ਜਦੋਂ ਪਹਿਲਾ ਨੰਬਰ ਛੋਟਾ ਅੱਗੇ ਵੱਡਾ 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 ਹੁੰਦਾ ਜਾਵੇ ਤਾਂ ਮਲਟੀਪਲੀਕੇਸ਼ਨ ਤਾਂ ਮੈਂ ਸਭ ਤੋਂ ਪਹਿਲਾਂ ਇੱਥੇ ਕੀ ਦੇਖਿਆ ਕਿ ਇਹ ਡਬਲ ਦੇ ਬਰਾਬਰ ਐ ਸਰ ਤਾਂ ਕਿੰਨੇ ਹੋਗੇ 7 2 14 ਡਬਲ ਕਰਤਾ ਪਰ ਇਹ ਤਾਂ 16 ਹੈ ਮੈਂ ਕਿਹਾ ਜੀ ਇਹ 2 ਜੋੜ ਲਈਏ ਤਾਂ 16 ਹੋ ਜਾਏਗਾ ਕਹਿੰਦੇ ਹਾਂਜੀ ਸਰ ਹੋ ਜਾਏਗਾ ਹੋ ਗਿਆ ਜੀ ਚਲੋ ਅਗਲਾ ਨੰਬਰ ਚੈੱਕ ਕਰਦੇ ਫਿਰ ਮੈਂ 16 ਨੂੰ 2 ਨਾਲ ਗੁਣਾ ਕੀਤਾ ਤਾਂ ਮੇਰੇ ਕੋਲ ਕਿੰਨੇ ਆ ਗਏ ਕੰਨੇ ਸਰ ਜੀ 32 ਆ ਗਏ ਪਰ ਮੇਰੇ ਕੋਲ ਤਾਂ ਚਾਹੀਦੇ ਤਾਂ 34 ਹੈ ਫਿਰ ਮੈਂ 2 ਐਡ ਕਰਤੇ ਤਾਂ ਕੀ ਹੋ ਗਿਆ 34 ਹੋ ਗਿਆ ਜੀ ਉਸੇ ਤਰੀਕੇ ਨਾਲ 34 ਨੂੰ ਜਦੋਂ ਮੈਂ 2 ਨਾਲ ਗੁਣਾ ਕੀਤਾ ਤਾਂ ਮੇਰੇ ਕੋਲ ਕਿੰਨੇ ਆ ਗਏ 68 ਕਿੰਨੇ ਆ ਗਏ 68 ਫਿਰ ਮੈਂ 2 ਦੇ ਨਾਲ ਜੋੜਿਆ ਤਾਂ ਕੀ ਆ ਗਿਆ ਤਾਂ ਤੁਸੀਂ ਕਹੋਗੇ 70 ਹੁਣ ਅੱਗੇ 70 ਤੋਂ ਅੱਗੇ ਚੈੱਕ ਕਰਨਾ ਹੈ ਤਾਂ ਸੇਮ ਕੰਮ ਕਰਨਾ ਪਏਗਾ 17 2 ਕਿੰਨਾ ਹੋ ਗਿਆ ਤੁਸੀਂ ਕਹੋਗੇ ਸਰ 140 ਪਲੱਸ ਕੀ ਕਰਨੇ ਪੈਣਗੇ 2 ਕਿਉਂ ਕਿ ਹਰ ਵਾਰ 2 ਪਲੱਸ ਹੋ ਰਿਹਾ ਹੈ ਤਾਂ ਇਹਨੂੰ ਜਦੋਂ ਕੀਤਾ ਤਾਂ ਕਿੰਨਾ ਹੋ ਗਿਆ 142 ਹੋ ਗਿਆ ਮਤਲਬ ਕਿ ਪਹਿਲਾ ਨੰਬਰ ਤਾਂ ਸਰ 142 ਆਏਗਾ ਪਹਿਲਾ ਨੰਬਰ 142 ਆਏਗਾ ਹੁਣ ਆਪਸ਼ਨ 2 ਬਚ ਗਏ ਇਹ ਕੱਟ ਹੋ ਗਿਆ ਇਹ ਵੀ ਕੱਟ ਹੋ ਗਿਆ ਹੁਣ ਦੋਨਾਂ ਦੇ ਵਿੱਚ ਫਿਰ ਡਿਫਰੈਂਸ ਹੈ ਤਾਂ ਅਗਲਾ ਸੀਕੁਐਂਸ ਕੀ ਰਹੇਗਾ ਸੇਮ ਤਾਂ 142 ਨੂੰ 2 ਦੇ ਨਾਲ ਮਲਟੀਪਲਾਈ ਕਰਾਂਗੇ ਕਿੰਨਾ ਹੋ ਜਾਏਗਾ 284 ਕਿੰਨਾ ਹੋ ਗਿਆ 284 ਪਲੱਸ 2 ਕਰਾਂਗੇ ਤਾਂ ਕਿੰਨਾ ਹੋ ਜਾਏਗਾ 286 ਤਾਂ ਆਨਸਰ ਕੀ ਆਏਗਾ ਆਨਸਰ ਆਏਗਾ ਸਰ 142 ਔਰ 200 ਚੱਸੀ ਤਾਂ ਏ অপਸ਼ਨ ਜਿਹੜਾ ਹੈ ਉਹ ਬਿਲਕੁਲ 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 ਸਹੀ ਹੈ রাইਟ ਆਨਸਰ ਹੈ ਹੁਣ ਦੇਖੋ ਇਸ ਦੇ ਵਿੱਚ ਹਮੇਸ਼ਾ ਕੀ ਲੱਗਦਾ ਹੁੰਦਾ ਮੈਂ ਤੁਹਾਨੂੰ ਹਮੇਸ਼ਾ ਦੱਸਿਆ ਕਿ ਇਸ ਦੇ ਵਿੱਚ ਜਾਂ ਤਾਂ ਲੌਜੀਕ ਜਾਂ ਫਿਰ ਸੀਕੁਐਂਸ ਫੋਲੋ ਹੋਏਗਾ ਜਾਂ ਤਾਂ ਲੌਜੀਕ ਜਾਂ ਫਿਰ ਸੀਕੁਐਂਸ ਫੋਲੋ ਹੋਏਗਾ ਤਾਂ ਸੀਕੁਐਂਸ ਇੱਥੇ ਕੀ ਫੋਲੋ ਹੋਇਆ ਹੈ ਮਲਟੀਪਲਾਈ ਬਾਈ 2 2 ਤਾਂ ਇੱਥੇ ਸੀਕੁਐਂਸ ਜੋ ਫੋਲੋ ਹੋਇਆ ਸਾਰਿਆਂ ਦੇ ਵਿੱਚ ਉਹ ਕੀ ਹੋਇਆ ਕਿ ਮਲਟੀਪਲਾਈ ਬਾਈ 2 ਔਰ ਪਲੱਸ ਕੀ ਕੀਤਾ ਹੈ 2 ਕੀਤਾ ਹੈ ਇਹਨਾਂ ਦੋਨਾਂ ਨੂੰ ਮਿਲਾ ਕੇ ਸੀਕੁਐਂਸ ਬਣ ਗਈ ਤਾਂ ਇਹ ਤੁਹਾਡਾ ਰਾਈਟ ਆਨਸਰ ਜਿਹੜਾ ਹੈ ਇਹ ਹੋ ਗਿਆ ਜੀ ਆਪਸ਼ਨ ਨੰਬਰ ਏ ਕਲੀਅਰ ਹੈ ਜੀ ਕਲੀਅਰ ਹੋ ਗਈ ਤਾਂ ਥੰਬਸ ਅਪ ਕਰ ਦਿਓ ਤੇ ਅਗਲੇ ਕੁਐਸਚਨ ਦਾ ਆਨਸਰ ਦੱਸ ਦਿਓ ਕੀ ਹੋਏਗਾ ਅਗਲੇ ਕੁਐਸਚਨ ਦਾ ਆਨਸਰ ਕਰ ਦਿਓ ਕੀ ਹੋਏਗਾ ਉਸ ਦੇ ਵਿੱਚ ਵੀ ਡਬਲ ਹੋ ਰਿਹਾ ਰਾਜੇ ਡਿਫਰੈਂਸ ਨਾਲ ਜਾਓਗੇ ਤਾਂ ਵੀ ਡਬਲ ਹੀ ਹੋਏਗਾ ਆ ਵੀ ਡਬਲ ਹੀ ਹੋਏਗਾ ਠੀਕ ਹੈ ਜੀ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਕੀ ਹੋਏਗਾ ਫਟਾਫਟ ਦੱਸ ਦੋ ਫਾਲਤੂਰੀਆਂ ਗੱਲਾਂ ਨਾ ਕਰੋ ਭਾਈ ਐਕਸਟਰਾ ਗੱਲਾਂ ਨਾ ਕਰੋ ਬਾਕੀ ਇਹਨੂੰ ਡਿਸਟਰਬ ਕਰ ਰਹੇ ਹੋ ਤਾਂ ਫਿਰ ਕਿੱਥੇ ਐਵੇਂ ਨਾ ਹੋਵੇ ਵੀ ਜਾਂਦੇ ਜਾਂਦੇ ਫਿਰ ਕਿੱਥੇ ਕੰਮ ਬੰਦ ਹੋ ਜੇ ਆਪਣਾ ਹਨਾ ਫਿਰ ਆਪਾਂ ਦੇਖੀਏ ਵੀ ਹੁਣ ਕਿਹੜੇ ਚੈਨਲ ਤੋਂ ਪੜਾਂਗੇ ਇਹ ਕੰਮ ਨਾ ਹੋਵੇ ਅਗਲੇ ਕੁਐਸਚਨ ਦਾ ਆਨਸਰ ਕਰ ਦੋ ਕੀ ਹੋਏਗਾ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਹੈ ਕੀ ਕਹਿ ਰਿਹਾ ਕਹਿੰਦਾ ਜੀ ਅੱਜ ਅਗਰ ਬੁੱਧਵਾਰ ਹੈ ਅੱਜ ਅਗਰ ਵੈਨਸਡੇ ਹੈ ਤਾਂ ਕਹਿੰਦਾ 97 ਡੇਜ਼ ਬਾਅਦ ਕੀ ਹੋਏਗਾ 97 ਡੇਜ਼ ਬਾਅਦ ਕੀ ਹੋਏਗਾ ਤਾਂ ਦੇਖੋ ਅੱਜ ਅਗਰ ਕੀ ਹੈ ਅੱਜ ਅਗਰ ਹੈ ਬੁੱਧਵਾਰ ਅੱਜ ਅਗਰ ਬੁੱਧਵਾਰ ਹੈ ਤਾਂ 97 ਡੇਜ ਬਾਅਦ ਕੀ ਹੈ ਤਾਂ ਆਪਾਂ ਕੀ ਕਰਾਂਗੇ ਪਹਿਲਾਂ 97 ਤੋਂ ਕੀ ਕਰ ਲਾਂਗੇ ਓਡੇ ਫਾਈਂਡ ਕਰ ਲਾਂਗੇ ਅਗਰ ਆਪਾਂ ਇੱਥੇ ਓਡੇ ਫਾਈਂਡ ਕਰੀਏ ਤਾਂ ਕਿੰਨੇ ਹੋ ਜਾਣਗੇ ਅਗਰ ਆਪਾਂ ਓਡੇ ਫਾਈਂਡ ਕਰੀਏ ਤਾਂ ਕਿੰਨੇ ਹੋ ਜਾਣਗੇ ਤਾਂ ਤੁਸੀਂ ਕਹੋਗੇ ਸਰ 97 ਨੂੰ ਜਦੋਂ ਓਡੇ ਫਾਈਂਡ ਕਰਾਂਗੇ 7 ਨਾਲ ਡਿਵਾਈਡ 7 ਨਾਲ ਡਿਵਾਈਡ ਕੀਤਾ 7 1 7 2 27 ਹੋਗੇ ਤੇ 7 ਹੀ ਹੈ ਕਿੰਨੇ ਹੋਗੇ 21 ਤਾਂ 13 7 ਕਿੰਨੇ ਹੋਗੇ 91 91 ਡੇਜ ਤਾਂ ਹੋਗੇ ਸਰ ਕੰਪਲੀਟ ਤਾਂ ਹੁਣ 97 ਦੇ ਵਿੱਚੋਂ ਜਦੋਂ 91 ਮਾਈਨਸ ਕੀਤੇ ਤਾਂ ਕਿੰਨੇ ਬਚ ਗਏ ਤਾਂ ਤੁਸੀਂ ਕਹੋਗੇ ਸਰ 6 ਡੇਜ ਕਿੰਨੇ ਆਗੇ ਭਾਈ 6 ਡੇਜ ਆਗੇ ਤਾਂ ਇਹ 6 ਓਡ ਡੇ ਹੈ ਇਹ 6 ਓਡ ਡੇ ਹੈ ਤਾਂ ਬੁੱਧਵਾਰ ਤੋਂ ਬੁੱਧਵਾਰ ਜੋੜਾਂਗੇ ਤਾਂ ਕਿੰਨੇ ਹੋ ਜਾਣਗੇ 7 ਦਿਨ ਬੁੱਧਵਾਰ ਤੋਂ ਬੁੱਧਵਾਰ ਜੋੜਾਂਗੇ ਤਾਂ ਕਿੰਨੇ ਦਿਨ ਹੋਗੇ 7 ਦਿਨ ਐਸੇ ਆਨੋ ਐਸੇ ਆਨੋ ਹਨਾ ਵੀ ਅਗਰ ਆਪਾਂ ਇੱਥੇ ਦੋ ਜੋੜਾਂਗੇ ਬੁੱਧਵਾਰ ਤੋਂ ਬੁੱਧਵਾਰ ਤਾਂ ਸਰ 7 ਦਿਨ ਆਪਣੇ ਕੋਲ 6 ਦਿਨ ਹੈ ਤਾਂ ਇੱਕ ਦਿਨ ਘਟ ਹੋਏਗਾ ਤਾਂ ਮਤਲਬ ਆਨਸਰ ਕੀ ਹੋਏਗਾ ਆਪਣਾ ਆਨਸਰ ਕੀ ਹੋਏਗਾ ਆਨਸਰ ਹੋਏਗਾ ਟਿਊਜ਼ਡੇ ਮਤਲਬ ਕਿ ਮੰਗਲਵਾਰ ਜਿਹੜਾ ਹੈ ਉਹ ਬਿਲਕੁਲ ਰਾਈਟ ਆਨਸਰ ਹੈ ਬੁੱਧਵਾਰ ਦੇ ਵਿੱਚ 6 ਦਿਨ ਜੋੜ ਦਿਓ ਵੀਰ ਸ਼ੁੱਕਰ ਸਨੀ ਐਤ ਸੋਮ ਮੰਗਲ ਤਾਂ ਆਨਸਰ ਕੀ ਆ ਗਿਆ ਆਨਸਰ ਆ ਗਿਆ ਜੀ ਮੰਗਲਵਾਰ 6 ਓ ਡੇ ਐਡ ਹੋਣਗੇ ਕਿਸ ਦੇ ਵਿੱਚ ਵੈਨਸਡੇ ਦੇ ਵਿੱਚ ਤਾਂ ਵੈਨਸਡੇ ਜਿਹੜਾ ਹੈ ਬੁੱਧਵਾਰ ਹੈ ਇਸ ਦੇ ਵਿੱਚ 6 ਨੂੰ ਐਡ ਕਰੋਗੇ ਤਾਂ ਤੁਹਾਡਾ ਜੋ ਆਨਸਰ ਆਏਗਾ ਉਹ ਕੀ ਆ ਜਾਏਗਾ ਉਹ ਆਏਗਾ ਜੀ ਟਿਊਜ਼ਡੇ ਕੀ ਆ ਜਾਏਗਾ ਟਿਊਜ਼ਡੇ ਆਏਗਾ ਤੇ ਕੈਲੰਡਰ ਦਾ ਜਿੰਨੇ ਵੀ ਟੋਪਿਕ ਹੈ ਸਭ ਦੇ ਵਿੱਚ ਇੰਪੋਰਟੈਂਟ ਚੀਜ਼-ਚੀਜ਼ ਕੀ ਹੈ ਉਹ ਹੈ ਜੀ ਓਲਡ ਡੇ ਅਗਲਾ ਕੁਐਸਚਨ ਆਪਣੀ ਸਕਰੀਨ ਤੇ ਆ ਚੁੱਕਿਆ ਵੀ ਨੈਕਸਟ ਕੁਐਸਚਨ ਆਪਣੀ ਸਕਰੀਨ ਤੇ ਆ ਚੁੱਕਿਆ ਹੈ ਨੈਕਸਟ ਕੁਐਸਚਨ ਆਪਣੀ ਸਕਰੀਨ ਤੇ ਹੈ ਲੇਕਿਨ ਉਸ ਤੋਂ ਪਹਿਲਾਂ ਜਿੰਨਾ ਜਿੰਨਾ ਨੇ ਹਲੇ ਤੱਕ ਜਿੰਨਾ ਜਿੰਨਾ ਨੇ ਹਲੇ ਤੱਕ ਸੈਸ਼ਨ ਨੂੰ ਨਾ ਤਾਂ ਲਾਈਕ ਕੀਤਾ ਹੈ ਨਾ ਹੀ ਸ਼ੇਅਰ ਕੀਤਾ ਹੈ ਤਾਂ ਭਾਈ ਇੱਕ ਵਾਰ ਲਾਈਕ ਤੇ ਸ਼ੇਅਰ ਠੋਕ ਦਿਓ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਹੈ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਕੀ ਹੋਏਗਾ ਇਸ ਦਾ ਆਨਸਰ ਕਰ ਦਿਓ ਵੀ ਫਟਾਫਟ ਥੈਂਕ ਯੂ ਥੈਂਕ ਯੂ ਅਰਨ ਥੈਂਕ ਯੂ ਰਾਜੀ ਕੀ ਹੋਏਗਾ ਇਸ ਦਾ ਆਨਸਰ ਫਟਾਫਟ ਦੱਸੋ ਚਲੋ ਕੋਈ ਗੱਲ ਨਹੀਂ ਪਿਰਿਆ ਡੇਲੀ ਜੁੜੋਂਗੇ ਨਾ ਡੇਲੀ ਜੁੜੋਂਗੇ ਤਾਂ ਸਭ ਕੁਝ ਆਏਗਾ ਬਿਲਕੁਲ ਕਲੀਅਰ ਹੋ ਜਾਏਗਾ ਡੋਨਟ ਵਰੀ ਠੀਕ ਹੈ ਕੀ ਹੋਏਗਾ ਜ ਆ ਦੇਖੋ ਵੀ ਹੁਣ ਇਸ ਦੇ ਵਿੱਚ ਇਹ ਕੀ ਕਹਿ ਰਿਹਾ ਇਹ ਕਹਿੰਦਾ ਵੀ ਇੱਕ ਕੋਰ ਲੈਂਗੁਏਜ ਦੇ ਵਿੱਚ ਜਿਹੜਾ ਪਰਮਿਟ ਹੈ ਉਸ ਨੂੰ ਕੀ ਲਿਖਿਆ ਜਾਂਦਾ ਹੈ ਕਹਿੰਦਾ ਜੀ ਪਰਮਿਟ ਜਿਹੜਾ ਵਰਡ ਹੈ ਸਰ ਉਹਨੂੰ ਕੀ ਲਿਖਿਆ ਜਾ ਰਿਹਾ ਹੈ ਕਹਿੰਦਾ ਕਿ ਇਸ ਨੂੰ ਲਿਖਿਆ ਜਾ ਰਿਹਾ ਹੈ ਵੀ ਵੀ ਪਰਮਿਟ ਜਿਹੜਾ ਵਰਡ ਹੈ ਉਸ ਨੂੰ ਲਿਖਿਆ ਜਾ ਰਿਹਾ ਹੈ ਵੀ v l n o and g ਕਹਿੰਦਾ ਪਰਮਿਟ ਨੂੰ ਕੋਡ ਕਰਤਾ v v l n o g ਦੇ ਵਿੱਚ ਤਾਂ ਕਹਿੰਦਾ ਇਸੇ ਤਰੀਕੇ ਨਾਲ ਮੈਨੂੰ ਦੱਸੋ ਕਿ ਇੰਟੇਰੀਆ ਨੂੰ ਕਿਵੇਂ ਕਰੇਗਾ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚ ਕੀ ਹੈ ਕੋਈ ਨਾ ਕੋਈ ਲੌਜੀਕ ਸੀਕੁਐਂਸ ਹੈ ਤਾਂ ਉਹ ਲੌਜੀਕ ਤੇ ਸੀਕੁਐਂਸ ਆਪਾਂ ਕੀ ਕਰਨੀ ਹੈ ਫਾਈਂਡ ਕਰਨੀ ਹੈ ਤਾਂ ਲੌਜੀਕ ਸੀਕੁਐਂਸ ਫਾਈਂਡ ਕਰਨ ਵਾਸਤੇ ਕੀ ਕਰਾਂਗੇ ਇਹਨਾਂ ਦੇ ਵਿਚਾਲੇ ਦਾ ਗੈਪ ਦੇਖਾਂਗੇ ਤਾਂ ਮੈਂ ਸਭ ਤੋਂ ਪਹਿਲਾਂ ਦੇਖਿਆ p ਤੋਂ v ਬਣਿਆ ਪੀ ਤੋਂ ਕੀ ਬਣਿਆ ਵੀ ਬਣਿਆ ਜਦੋਂ ਪੀ ਤੋਂ ਵੀ ਬਣਿਆ ਮਤਲਬ ਪੀ 16 ਤੇ ਹੈ ਵੀ ਕਿੰਨੇ ਤੇ 22 ਤੇ ਤਾਂ ਕਿੰਨੇ ਜੁੜ ਗਏ ਕਹਿੰਦੇ ਸਰ ਜੀ 6 ਜੁੜ ਗਏ ਕਿੰਨੇ ਜੁੜ ਗਏ ਜੀ 6 ਜੁੜ ਗਏ ਹੁਣ ਈ ਵੀ ਈ ਵੀ ਦੇਖਦੇ ਹੀ ਮੈਨੂੰ ਕੀ ਯਾਦ ਆਂਦਾ ਹੈ ਕਿ ਸਰ ਇਹ ਤਾਂ ਇੱਕ ਦੂਜੇ ਦੇ ਕੀ ਹੈ ਓਪੋਜ਼ਿਟ ਹੈ ਇਹ ਤਾਂ ਇੱਕ ਦੂਜੇ ਦੇ ਕੀ ਹੈ ਓਪੋਜ਼ਿਟ ਹੈ ਇਲੈਕਟ੍ਰਿਕ ਵਹੀਕਲ ਜਾਂ ਫਿਰ ਆਪਾਂ ਕਹਿ ਲਈਏ EV ਈਵਨਿੰਗ ਹਨਾ ਆਪੋਜੀਟ ਹੈ ਫਿਰ ਮੈਂ ਦੇਖਿਆ ਜੀ R ਤੋਂ L R 18 ਤੇ L 12 ਤੇ ਮਾਈਨਸ ਕਿੰਨਾ ਹੋ ਗਿਆ 6 ਹੋ ਗਿਆ ਵੀ R ਸਰ 18 ਤੇ ਹੈ L 12 ਤੇ ਹੈ ਤਾਂ 18 ਤੋਂ 12 ਹੋ ਗਏ ਮਤਲਬ ਕਿ ਮਾਈਨਸ ਕੀ ਹੋ ਗਿਆ 6 ਹੋ ਗਿਆ ਪਹਿਲਾਂ ਤਾਂ ਪਲੱਸ 6 ਹੋਇਆ ਹੁਣ ਮਾਈਨਸ 6 ਹੋ ਗਿਆ ਔਰ ਇੱਕ ਵਾਰ ਨੂੰ ਕੀ ਕਰਤਾ ਆਪੋਜੀਟ ਲਿਖਤਾ ਫਿਰ ਅਗਲਾ ਫਿਰ ਮੈਂ ਦੇਖਿਆ ਤਾਂ MN ਵੀ ਕੀ ਹੈ ਇੱਕ ਦੂਸਰੇ ਦੇ ਕਹਿੰਦੇ ਸਰ ਜੀ ਇੱਕ ਦੂਜੇ ਦੇ ਆਪੋਜੀਟ ਹੈ ਭਾਈ ਕੀ ਹੈ ਇੱਕ ਦੂਜੇ ਦੇ ਆਪੋਜੀਟ ਹੈ ਤਾਂ ਮੈਨੂੰ ਹੁਣ ਇੱਥੇ ਸੀਕੁਐਂਸ ਸਮਝ ਆ ਗਈ ਕਿ ਇੱਕ ਦੇ ਵਿੱਚ ਤਾਂ ਪਲੱਸ 6 ਕੀਤਾ ਫਿਰ ਉਹਨੇ ਆਪੋਜੀਟ ਲਿਖਤਾ ਫਿਰ ਮਾਈਨਸ 6 ਕੀਤਾ ਆਪੋਜੀਟ ਲਿਖਤਾ ਹੁਣ ਇਹ ਪਲੱਸ ਕਰੇਗਾ ਤਾਂ ਆਈ ਕਿੰਨੇ ਤੇ ਨੋ ਤੇ ਉਹ ਕਿੰਨੇ ਤੇ 15 ਤੇ ਕਿੰਨੇ ਜੁੜ ਗਏ ਕਹਿੰਦੇ ਸਰ ਜੀ 6 ਜੁੜ ਗਏ ਕਿੰਨੇ ਜੁੜ ਗਏ ਭਾਈ 6 ਜੁੜ ਗਏ ਤਾਂ ਹੁਣ ਵਾਪਿਸ ਕੀ ਕੀਤਾ ਪਲੱਸ 6 ਕਰਤਾ ਔਰ ਅੱਗੇ ਜਿਹੜਾ ਹੈ ਟੀ ਤੇ ਜੀ ਇਹ ਦੋਨੋਂ ਇੱਕ ਦੂਜੇ ਦੇ ਕੀ ਹੈ ਫਿਰ ਫਿਰ ਸਰ ਇੱਕ ਦੂਜੇ ਦੇ ਕੀ ਹੈ ਆਪੋਜੀਟ ਹੈ ਇਹ ਗੱਲ ਜਿਸ ਜਿਸ ਨੂੰ ਕਲੀਅਰ ਹੋ ਗਈ ਇੱਕ ਵਾਰ ਥੰਬਸ ਅਪ ਕਰ ਦੋ ਇੱਕ ਵਾਰ ਫਟਾਫਟ தம்ਸ ਅਪ ਕਰ ਦੋ ਕਿ ਹਾਂਜੀ ਸਰ ਇਹ ਗੱਲ ਕਲੀਅਰ ਹੋ ਗਈ। ਇਹ ਗੱਲ ਕਲੀਅਰ ਹੋ ਗਈ। ਤਾਂ ਮੇਰਾ ਇੱਥੇ ਸੀਕੁਐਂਸ ਕੀ ਬਣਿਆ? ਸੀਕੁਐਂਸ ਕੀ ਬਣਿਆ? ਸੀਕੁਐਂਸ ਬਣ ਗਿਆ ਜੀ +6 ਫਿਰ ਆਪੋਜੀਟ ਫਿਰ -6 ਫਿਰ ਆਪੋਜੀਟ ਔਰ ਫਿਰ +6 ਮੇਰਾ ਇਹ ਵਾਲਾ ਸੀਕੁਐਂਸ ਬਣ ਗਿਆ। ਤਾਂ ਇਹ ਜਿਹੜਾ ਇੱਕ ਛੱਡ ਕੇ ਇੱਕ ਨੂੰ ਕੀ ਕਰ ਰਿਹਾ ਹੈ? ਆਪੋਜੀਟ ਕਰ ਰਿਹਾ ਹੈ। ਆਪੋਜੀਟ ਦਾ ਮਤਲਬ ਕਿ ਜਿਹੜਾ ਵਰਡ ਸਟਾਰਟਿੰਗ ਤੋਂ ਜਿੰਨੇ ਨੰਬਰ ਤੇ ਹੈ ਲਾਸਟ ਤੋਂ ਦੂਸਰਾ ਵਰਡ ਉਹਨੇ ਨੰਬਰ ਤੇ ਹੈ। ਕਲੀਅਰ ਹੋ ਗਿਆ ਉਸ ਤੋਂ ਬਾਅਦ ਹੁਣ ਆਪਾਂ ਨੂੰ ਕੀ ਕਿਹਾ ਗਿਆ ਹੈ ਆਪਾਂ ਨੂੰ ਕਿਹਾ ਗਿਆ ਇਸ ਵਰਡ ਦਾ ਮਤਲਬ ਕਿ ਵਰਡ ਕੀ ਹੈ i n e r t i a ਇਸ ਵਰਡ ਨੂੰ ਕਨਵਰਟ ਕਰਕੇ ਦੱਸਣਾ ਹੈ ਸੇਮ ਤਾਂ ਸੇਮ ਕਨਵਰਟ ਵਾਸਤੇ ਤੁਸੀਂ ਕੀ ਕਰੋਗੇ ਭਾਈ ਸੇਮ ਕਨਵਰਟ ਵਾਸਤੇ ਪਹਿਲਾਂ 6 ਪਲੱਸ ਕਰਾਂਗੇ i ਦੇ ਵਿੱਚ 6 ਪਲੱਸ ਕੀਤਾ o ਆ ਗਿਆ ਨੋ ਨੋ ਤੋਂ 6 ਜੋੜੋਗੇ ਕਿ ਨਾ ਹੋਏਗਾ ਤਾਂ ਤੁਸੀਂ ਕਹੋਗੇ ਸਰ ਉਹ ਹੋਏਗਾ ਮਤਲਬ ਕਿ 15 ਹੋਏਗਾ ਆਈ ਦੇ ਵਿੱਚ 6 ਜੋੜੇ 15 ਕਿਉਂਕਿ ਪਹਿਲਾ 6 ਜੋੜੇ ਆਪਾਂ ਵੀ 6 ਜੋੜ ਤੇ 15 ਤਾਂ ਉਹ ਵਾਲੇ অপਸ਼ਨ ਆਣਗੇ ਬਈ ਇਹ ਐਕਸ ਵਾਲੇ ਤਾਂ ਦੋਨੋਂ ਕੱਟੇ ਗਏ ਹੁਣ ਕੀ ਹੋਏਗਾ ਐਨ ਦਾ ਆਪੋਜੀਟ ਆਏਗਾ ਐਨ ਦਾ ਕੀ ਆਏਗਾ ਆਪੋਜੀਟ ਕੀ ਹੋਏਗਾ ਤਾਂ ਐਮ ਹੋਏਗਾ ਸਰ ਫਿਰ ਈ ਦੇ ਵਿੱਚ ਕੀ ਕਰਨੇ ਹੈ ਮਾਈਨਸ 6 ਈ ਦੇ ਵਿੱਚੋਂ ਕੀ ਕਰਨੇ ਆ -6 ਤਾਂ ਈ ਦੇ ਵਿੱਚੋਂ ਜਦੋਂ -6 ਚੱਲਾਂਗੇ ਤਾਂ ਆਪਾਂ ਕਿੱਧਰ ਨੂੰ ਚੱਲਾਂਗੇ ਆਪਾਂ ਕਿੱਧਰ ਨੂੰ ਚੱਲਾਂਗੇ ਬਈ ਏ ਬੀ ਸੀ ਡੀ ਵੱਲ ਨੂੰ ਚੱਲਾਂਗੇ ਯੈਸ ਯਾਨੋ ਤਾਂ ਈ ਦੇ ਵਿੱਚੋਂ ਮਾਈਨਸ ਕਰਨੇ ਆ ਕਿੰਨੇ 6 ਤਾਂ 1 2 3 4 5 6 ਤਾਂ ਇੱਥੇ ਕੀ ਆਣਾ ਚਾਹੀਦਾ ਹੈ ਵਾਈ ਆਣਾ ਚਾਹੀਦਾ ਹੈ ਕੀ ਆਣਾ ਚਾਹੀਦਾ ਹੈ ਵਾਈ ਆਣਾ ਚਾਹੀਦਾ ਹੈ ਤਾਂ ਇੱਥੇ ਕੀ ਨਾ ਆ ਜਾਏਗਾ ਵਾਈ ਆ ਜਾਏਗਾ ਵੀ ਮਾਈਨਸ 6 ਕਰਨਾ ਹੈ ਤਾਂ e ਤੋਂ ਜਦੋਂ ਮਾਈਨਸ 6 ਕਰਾਂਗੇ a ਤੋਂ ਬਾਅਦ ਵਾਪਿਸ ਘਾਣੀ ਕਿੱਥੇ ਆਏਗੀ z ਤੇ ਆਏਗੀ ਤਾਂ ਤੁਸੀਂ ਕਰੋਗੇ ਮਾਈਨਸ 6 ਤਾਂ o m y ਤਾਂ ਦੇਖੋ ਭਈ o m y ਇੱਥੇ ਕੀ ਆ ਗਿਆ h ਆ ਗਿਆ कट्टया गया आंसर की बच गया आंसर बच गया बी ऑप्शन बी विल बी द राइट आंसर बी विल बी द राइट आंसर क्लियर हो गया हम अगला अगर मैं देखूंगा तो की आएगा अपोजिट आएगा सर अपोजिट आएगा तो की होएगा इंडियन रेलवे आई ई एस दोजिट है टी के हम की करना है प्लस छे करने है तो भी छे छब्बी छब्बी दे की आएगा जैड आएगा हूँ वापिस की करना है सर अपोजिट लिखना है अपोजिट लिखोगे तो की आ जाएगा आई आर आ जाएगा सर और ए ਦੇ ਵਿੱਚੋਂ ਹੁਣ ਕੀ ਕਰਨਾ ਹੈ ਮਾਈਨਸ 6 ਕਰਨਾ ਹੈ ए ਦੇ ਵਿੱਚੋਂ ਮਾਈਨਸ 6 ਕਰਨਾ ਹੈ ਜਦੋਂ ਇਹਦੇ ਵਿੱਚੋਂ ਮਾਈਨਸ 6 ਕਰੋਗੇ ਤਾਂ ਕੀ ਆਏਗਾ ਯੂ ਆਏਗਾ ਤਾਂ ਤੁਹਾਡਾ ਆਨਸਰ ਆ ਜਾਏਗਾ ਬੀ অপਸ਼ਨ ਜਿਸ ਜਿਸ ਨੇ ਬੀ ਕੀਤਾ ਹੈ फटाफट ਇੱਕ ਵਾਰ ਥੰਬਸ ਅਪ ਕਰ ਦੋਗੇ फटाफट ਇੱਕ ਵਾਰ ਥੰਬਸ ਅਪ ਕਰ ਦੋ ਔਰ ਇਹ ਕੁਸ਼ਣ ਪ੍ਰੀਵੀਅਸ ইয়ার ਕੁਸ਼ਣ ਹੈ ਭਾਈ ਤੁਹਾਡਾ ਇਹ ਕੁਸ਼ਣ ਪ੍ਰੀਵੀਅਸ ਈਅਰ ਕੁਸ਼ਣ ਹੈਗਾ ਹੁਣ ਇਸ ਕੁਸ਼ਣ ਤੇ ਤੁਹਾਨੂੰ ਇਨੂੰ ਇੱਕ ਸਪੈਸ਼ਲ ਨੋਟ ਬਣਾ ਕੇ ਇਸ ਸੀਕੁਐਂਸ ਨੂੰ ਸਪੈਸ਼ਲ ਨੋਟ ਬਣਾ ਕੇ ਡਾਇਰੀ ਦੇ ਵਿੱਚ ਨੋਟ ਕਰ ਲੈਣਾ ਕਿ ਇਹ ਸੀਕੁਐਂਸ ਦੇ ਵਿੱਚ ਵੀ ਕੁਐਸਚਨ ਬਣ ਸਕਦੇ ਹੈ ਜੀ ਕਲੀਅਰ ਹੋ ਗਿਆ ਕਲੀਅਰ ਚਲੋ ਜੀ ਅਗਲਾ ਕੁਐਸਚਨ ਆ ਗਿਆ ਆਪਣੀ ਸਕਰੀਨ ਤੇ ਡੇਲੀ ਕਿਸ ਟਾਈਮ ਹੁੰਦੀ ਹੈ ਵੀ ਕਲਾਸ ਇੱਕ ਵਾਰ ਸਾਰੇ ਜਣੇ ਕਮੈਂਟ ਕਰਕੇ ਦੱਸ ਦਿਓ ਵੀ ਆਪਣੀ ਇਹ ਕਲਾਸ ਡੇਲੀ ਕਿੰਨੇ ਵਜੇ ਹੁੰਦੀ ਹੈ ਫਟਾਫਟ ਇੱਕ ਵਾਰ ਕਮੈਂਟ ਕਰਕੇ ਦੱਸੋ ਕਿੰਨੇ ਵਜੇ ਹੁੰਦੀ ਹੈ ਡੇਲੀ ਇਹ ਕਲਾਸ ਵੈਰੀ ਗੁੱਡ ਕਹਿੰਦੇ ਜੀ ਇਟਸ ਚੂਰਨ ਕੁਐਸਚਨ ਫੋਰ ਮੀ ਓਕੇ ਪ੍ਰਿਆ ਸ਼ਰਮਾ ਫਾਜ਼ਿਲਕਾ ਤੋਂ ਵੈਰੀ ਗੁੱਡ ਵੀ ਬਹੁਤ ਵਧੀਆ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਕੀ ਹੋਏਗਾ ਇਸ ਦਾ ਆਨਸਰ ਦੱਸ ਦੋ ਕਹਿੰਦਾ ਹੈ ਕਿ ਹੇਠਾਂ ਦਿੱਤੇ ਪਰਸ਼ਨ ਵਿੱਚ ਸ਼ਬਦ ਕੋਸ਼ ਦੇ ਕਰਮ ਅਨੁਸਾਰ ਸ਼ਬਦਾਂ ਨੂੰ ਵਿਵਸਥਿਤ ਕਰੋ ਮਤਲਬ ਕਿ ਅਲਫਾਬੈਟਿਕਲੀ ਅਰੇਂਜ ਕਰਨਾ ਹੈ ਮਤਲਬ ਕਿ ਡਿਕਸ਼ਨਰੀ ਦੇ ਅਕੋਰਡਿੰਗ ਅਰੇਂਜ ਕਰਨਾ ਹੈ ਡਿਕਸ਼ਨਰੀ ਦੇ ਅਕੋਰਡਿੰਗ ਅਰੇਂਜ ਕਰਨਾ ਹੈ ਅਲਫਾਬੈਟਿਕਲੀ ਅਰੇਂਜ ਕਰਨਾ ਹੈ ਕੀ ਹੋਏਗਾ ਇਸ ਦਾ ਆਨਸਰ ਵੀ ਫਟਾਫਟ ਦੱਸ ਦੋ ਵੈਰੀ ਗੁੱਡ ਬਹੁਤ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਤਾਂ ਸਭ ਤੋਂ ਪਹਿਲਾਂ ਦੇਖੋ ਇੱਥੇ ਮੈਨੂੰ ਕੀ ਦੇਖਣਾ ਹੈ ਸਭ ਤੋਂ ਪਹਿਲਾਂ ਜੋ ਸੇਮ ਹੈ ਉਹਨਾਂ ਨੂੰ ਕੱਟ ਦੇਾਂਗੇ ਜੋ ਸੇਮ ਹੈ ਉਹਨਾਂ ਨੂੰ ਕੱਟ ਦੇਾਂਗੇ ਜਿਵੇਂ ਕਿ ਇੱਥੇ ਜੇ ਸੇਮ ਹੈ ਤਾਂ ਜੇ ਨੂੰ ਕੱਟਤਾ ਜੇ ਸੇਮ ਕੱਟਤਾ ਜੀ ਲੋ ਜੀ ਜੇ ਸਾਰੀ ਜਗ੍ਹਾ ਤੇ ਕੱਟਿਆ ਗਿਆ ਅਗਰ ਅਲਫਾਬੈਟਿਕਲੀ ਅਰੇਂਜ ਕਰਾਂਗੇ ਤਾਂ ਸਭ ਤੋਂ ਪਹਿਲਾਂ ਕੌਣ ਆਏਗਾ ਸੈਕਿੰਡ ਵਾਲਾ ਆਏਗਾ ਕਿਉਂ ਕਿਉਂਕਿ ਇੱਥੇ ਕੀ ਹੈ ਏ ਹੈ ਹੋਰ ਕੋਈ ਏ ਵਾਲਾ ਨਹੀਂ ਹੈ ਹੋਰ ਕੋਈ ਵੀ ਏ ਵਾਲਾ ਨਹੀਂ ਹੈ ਹੁਣ ਏ ਵਾਲਾ ਨਹੀਂ ਹੈ ਤਾਂ ਦੂਸਰੇ ਨੰਬਰ ਤੇ ਕੀ ਆਣਾ ਚਾਹੀਦਾ ਹੈ ਦੂਸਰਾ ਨੰਬਰ ਤੇ ਕੀ ਆਣਾ ਚਾਹੀਦਾ ਵੀ ਸੈਕਿੰਡ ਸਭ ਤੋਂ ਪਹਿਲਾਂ ਆਏਗਾ ਸੈਕਿੰਡ ਸਾਰਿਆਂ ਵਿੱਚ ਪਹਿਲਾ ਹੈ ਸਭ ਤੋਂ ਆਪਾਂ ਲਾਸਟ ਚੈੱਕ ਕਰ ਲਈਏ ਭਾਈ ਲਾਸਟ ਚੈੱਕ ਕਰ ਲਈਏ ਚਲੋ ਦੇਖਦੇ ਹਾਂ ਤਾਂ ਹੁਣ ਉਸ ਤੋਂ ਬਾਅਦ ਦੇਖੋ ਯੂ ਵਾਲਾ ਯੂ ਹੈ ਔਰ ਈ ਹੈ ਤਾਂ ਮਤਲਬ ਕਿ ਉਸ ਤੋਂ ਬਾਅਦ ਕੌਣ ਆਏਗਾ ਏ ਤੋਂ ਬਾਅਦ ਈ ਆਏਗਾ ਤਾਂ ਸੈਕਿੰਡ ਤੋਂ ਬਾਅਦ ਆਏਗਾ ਥਰਡ ਤਾਂ ਇਹਨਾਂ ਦੇ ਵਿੱਚ ਥਰਡ ਹੈ ਇੱਕ ਆਪਸ਼ਨ ਕੱਟ ਹੋ ਗਿਆ ਭਾਈ ਇੱਕ ਆਪਸ਼ਨ ਕੱਟ ਹੋ ਗਿਆ ਸੈਕਿੰਡ ਤੋਂ ਬਾਅਦ ਆਏਗਾ ਥਰਡ ਨੈਕਸਟ ਕੀ ਆਏਗਾ ਤਾਂ ਦੇਖੋ ਭਈ ਏ ਵਾਲਾ ਆ ਗਿਆ ਈ ਵਾਲਾ ਆ ਗਿਆ ਹੁਣ ਇਸ ਤੋਂ ਬਾਅਦ ਅਲਫਾਬੈਟ ਕਿਹੜਾ ਆਂਦਾ ਹੈ ਤਾਂ ਹੁਣ ਦੇਖੋ O ਆਏਗਾ ਲੇਕਿਨ ਉਹਦੇ ਵਿੱਚ ਦੋ ਹੈ ਦੋਨੋਂ O ਵਾਲਿਆਂ ਨੂੰ ਕੱਟ ਦੋ ਫਿਰ ਅਗਲਾ ਵਾਲ U ਹੈ ਫਿਰ U ਕੱਟ ਦੋ ਫਿਰ R 18 ਤੇ ਹੈ R 18 ਤੇ ਹੈ ਕੱਟ ਦੋ N ਅੱਗੇ ਫਿਰ ਸੇਮ ਹੈ N ਸੇਮ ਹੈ ਕੱਟ ਦੋ A ਸੇਮ ਹੈ A ਸੇਮ ਹੈ ਕੱਟ ਦੋ ਫਿਰ L ਸੇਮ ਹੈ L ਸੇਮ ਕੱਟ ਦੋ ਜੀ ਲੋ ਜੀ I ਸੇਮ ਹੈ I ਕੱਟ ਦੋ ਫਿਰ S ਸੇਮ S ਕੱਟ ਦੋ ਹੁਣ ਦੇਖੋ ਕਹਾਣੀ ਕਿੱਥੇ ਅੜ ਗਈ ਲਾਸਟ ਦੇ ਵਿੱਚ ਕਹਾਣੀ ਕਿੱਥੇ ਅੜ ਗਈ ਭਾਈ ਲਾਸਟ ਦੇ ਵਿੱਚ ਤਾਂ ਹੁਣ ਕੌਣ ਆਏਗਾ ਸੈਕਿੰਡ ਆ ਗਿਆ 3 ਆ ਗਿਆ ਉਸ ਤੋਂ ਬਾਅਦ ਕੌਣ ਆਏਗਾ ਤਾਂ ਉਸ ਤੋਂ ਬਾਅਦ ਆਏਗਾ ਤੁਹਾਡਾ 6 ਨੰਬਰ ਸੈਕਿੰਡ 3 6 ਕਿੱਥੇ ਆ ਰਿਹਾ ਹੈ ਸੈਕਿੰਡ 3 6 ਆ ਰਿਹਾ ਹੈ অপਸ਼ਨ ਨੰਬਰ ਡੀ ਦੇ ਵਿੱਚ ਤਾਂ ਡੀ ਤੁਹਾਡਾ ਕੀ ਹੋ ਗਿਆ ਬਿਲਕੁਲ ਰਾਈਟ ਆਨਸਰ ਹੋ ਗਿਆ ਸੈਕਿੰਡ 3 ਤੋਂ ਬਾਅਦ ਕੀ ਆ ਰਿਹਾ ਸੀਗਾ ਸੈਕਿੰਡ 3 ਤੋਂ ਬਾਅਦ ਇਹਨਾਂ ਦੋਨਾਂ ਦੇ ਵਿੱਚ ਜੰਗ ਚੱਲੀ ਇੱਕ ਤੇ 6 ਦੇ ਵਿੱਚ ਲੇਕਿਨ ਲਾਸਟ ਦੇ ਵਿੱਚ ਟੀਸੀ ਔਰ ਉਸ ਦੇ ਵਿੱਚ ਕੀ ਸੀਗਾ ਇਸ ਦੇ ਵਿੱਚ ਕੀ ਸੀ ਐਮ ਸੀਗਾ ਤਾਂ ਇਹ ਜਿੱਤ ਗਿਆ ਕਿਉਂਕਿ ਐਮ 13 ਤੇ ਇਹ ਪਹਿਲਾਂ ਆਏਗਾ ਔਰ ਏ 20 ਤੇ ਹੈ ਇਹ ਬਾਅਦ ਦੇ ਵਿੱਚ ਆਏਗਾ ਤਾਂ ਮਤਲਬ 6 6 ਤੋਂ ਬਾਅਦ ਇੱਕ ਤਾਂ ਇੱਕ ਹੀ ਆਪਸ਼ਨ ਮਿਲਿਆ ਡੀ ਡੀ ਵਿਲ ਬੀ ਦਾ ਰਾਈਟ ਆਨਸਰ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਤਾਂ ਇੱਕ ਵਾਰ ਫਟਾਫੜ ਥੰਬਸ ਅਪ ਕਰ ਦਿਓ ਫਟਾਫੜ ਥੰਬਸ ਅਪ ਕਰ ਦਿਓ ਕਿ ਯੈਸ ਸਰ ਕਲੀਅਰ 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 ਤੇ ਇਮਾਨਦਾਰੀ ਨਾਲ ਦੱਸਣਾ ਵੀ ਹਲੇ ਤੱਕ ਕਿਹਨੇ ਸੈਸ਼ਨ ਨੂੰ ਸ਼ੇਅਰ ਨਹੀਂ ਕੀਤਾ ਇਮਾਨਦਾਰੀ ਨਾਲ ਦੱਸਣਾ ਝੂਠ ਨਾ ਬੋਲਣ ਝੂਠ ਨਾ ਬੋਲਣਾ ਵਿਦਿਆ ਪੜਾਈ ਦੀ ਸੋਹ ਹੈ ਸਾਰਿਆਂ ਨੂੰ ਜਿਹੜੇ ਜਿਹੜੇ ਝੂਠ ਬੋਲਣਗੇ ਜਿਨ੍ਹਾਂ ਨੇ ਹਲੇ ਤੱਕ ਸ਼ੇਅਰ ਨਹੀਂ ਕੀਤਾ ਫਟਾਫਟ ਸ਼ੇਅਰ ਕਰਕੇ ਆਓ ਵੀ ਸੈਸ਼ਨ ਨੂੰ ਇੱਕ ਵਾਰ ਫਟਾਫਟ ਸੈਸ਼ਨ ਨੂੰ ਸ਼ੇਅਰ ਕਰੋ ਕਿਉਂਕਿ ਮਜ਼ਾ ਨਹੀਂ ਆ ਰਿਹਾ ਇਦਾਂ ਕਿ ਇੰਪੋਰਟੈਂਟ ਕਲਾਸ ਚੱਲ ਰਹੀ ਹੋਵੇ ਔਰ ਆਪਣੇ ਕੋਲ ਸ਼ੇਅਰ ਕਰਨ ਵਾਸਤੇ ਬੰਦੇ ਹੀ ਨਹੀਂ ਆ ਵੀ ਗਲਤ ਗੱਲ ਹੈ ਬਿਲਕੁਲ ਗਲਤ ਗੱਲ ਹੈ ਫਟਾਫਟ ਇੱਕ ਵਾਰ ਸ਼ੇਅਰ ਕਰੋ ਉਸ ਤੋਂ ਬਾਅਦ ਆਜੋ ਅਗਲੇ ਕੁਐਸਚਨ ਤੇ ਕੀ ਹੋਏਗਾ ਇਸ ਦਾ ਆਨਸਰ ਦੱਸੋ ਬਈ ਰਾਜੇ ਦੇਖੋ ਇਸ ਦਾ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਨੇ ਟੈਂਟੇਟਿਵ ਸਿਲੇਬਸ ਲਿਖਿਆ ਹੋਇਆ ਹੈ ਜਿੰਨੇ ਤੱਕ ਉਹਨਾਂ ਨੇ ਟੈਂਟੇਟਿਵ ਸਿਲੇਬਸ ਲਿਖਿਆ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਠੀਕ ਹੈ ਕਲੀਅਰ ਚਲੋ ਵੀ ਆਜੋ ਕੀ ਹੋਏਗਾ ਇਸ ਦਾ ਆਨਸਰ ਦੱਸ ਦੋ ਫਟਾਫਟ ਲੋ ਜੀ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਏ ਆਪਸ਼ਨ ਦੇ ਨਾਲ ਸਾਰੇ ਜਾਣੇ ਜਾ ਰਹੇ ਆ ਇਹ ਕਹਿੰਦਾ ਵੀ ਇਹ ਵਾਲੀ ਜਿਹੜੀ ਫਿਗਰ ਹੈ ਇਹ ਕਿੱਥੇ ਕੰਪਲੀਟ ਹੋਏਗੀ ਤਾਂ ਦੇਖੋ ਇਸ ਫਿਗਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਦਿਖ ਰਿਹਾ ਕਿ ਇਸ ਥਾਂ ਤੇ ਇੱਕ ਸ਼ੇਪ ਬਣੀ ਹੋਈ ਹੈ ਇਸ ਥਾਂ ਤੇ ਇੱਕ ਸ਼ੇਪ ਬਣੀ ਹੋਈ ਹੈ ਇਸ ਤਰੀਕੇ ਦੀ ਹੈਨਾ ਇਸ ਤਰੀਕੇ ਦੀ ਇੱਕ ਸ਼ੇਪ ਬਣੀ ਹੋਈ ਹੈ ਤਾਂ ਆਹ ਵਾਲੀ ਸ਼ੇਪ ਦੇਖੋ ਬਈ ਕਿੱਥੇ ਆਈ ਹੋਈ ਹੈ ਏ ਉੱਪਰ ਆਏਗੀ ਕਿਉਂਕਿ ਇਹ ਦੇਖੋ ਇਹਨਾਂ ਦੋਨਾਂ ਦੇ ਵਿੱਚ ਸੇਮ ਹੈ ਤਾਂ ਇੱਥੇ ਵੀ ਕੀ ਆਏਗੀ ਸੇਮ ਆਏਗੀ ਤਾਂ ਆਹ ਸ਼ੇਪ ਹੈ ਇੱਥੇ ਤਾਂ ਸਰਕਲ ਆ ਗਿਆ ਇਹ ਤਾਂ ਹੋ ਨਹੀਂ ਸਕਦਾ ਇਸ ਦੇ ਵਿੱਚ ਰੋਂਗ ਸਾਈਡ ਹੈ ਕਿਉਂਕਿ ਦੇਖੋ ਇਸ ਸਾਈਡ ਹੋਣੀ ਚਾਹੀਦੀ ਹੈ ਇਸ ਸਾਈਡ ਹੋਣੀ ਚਾਹੀਦੀ ਹੈ ਇਹ ਵੀ ਗਲਤ ਇਹ ਵੀ ਗਲਤ ਬਚਿਆ ਕੌਣ ਏ অপਸ਼ਨ ਆ ਲਓ ਜੀ ਜਮਾ ਚੂਰਨ ਕੁਸ਼ਨ ਬਿਲਕੁਲ ਚੂਰਨ ਕੁਸ਼ਨ ਹਲਵਾ ਕੁਸ਼ਨ ਬਿਲਕੁਲ ਪਾਨੀਪੂਰੀ ਕੁਸ਼ਨ ਗੋਲ ਗੱਪਾ ਕੁਸ਼ਨ ਪੀਜ਼ਾ ਕੁਸ਼ਨ 버거 ਕੁਸ਼ਨ ਜਾਂ ਫਿਰ ਜੋ ਵੀ ਤੁਹਾਡੀ ਫੇਵਰਿਟ ਚੀਜ਼ ਹੈ ਉਹ ਵਾਲਾ ਕੁਸ਼ਨ ਸਿਰਫ ਇੱਕ ਹੀ ਚੀਜ਼ ਦੇਖਣੀ ਸੀ ਹੁਣ ਦੇਖੋ ਇਧਰ ਮੈਨੂੰ কর্নারে কি দেখ ਰਿਹਾ রাউন্ড ਦਿਖ ਰਿਹਾ ਇਧਰ ਕੋਰਨਰ ਚ ਰਾਉਂਡ ਹੈ ਇੱਥੇ ਲਾਈਨ ਆਏਗੀ ਇੱਥੇ ਰਾਉਂਡ ਆਏਗਾ ਤਾਂ ਇੱਥੇ ਲਾਈਨ ਇੱਥੇ ਰਾਉਂਡ ਇਸ ਦੇ ਵਿੱਚ ਹੈ ਇਸ ਦੇ ਵਿੱਚ ਦੇਖੋ ਕੋਰਨਰ ਇਧਰ ਵਾਲਾ ਹੋਣਾ ਸੀ ਇਧਰ ਵਾਲੇ ਕੋਰਨਰ ਚ ਇਹ ਦੇ ਰਿਹਾ ਲੇਕਿਨ ਇਹ ਇੱਥੇ ਕੀ ਦੇ ਰਿਹਾ ਰਾਉਂਡ ਨਹੀਂ ਦੇ ਰਿਹਾ ਦੂਸਰੀ ਚੀਜ਼ ਦੇ ਰਿਹਾ ਤੇ ਪਹਿਲਾ ਹੀ ਗਲਤ ਇਹ ਵੀ ਗਲਤ ਇਹ ਵੀ ਗਲਤ অপਸ਼ਨ A A will be the right answer clear clear ਚਲੋ ਜੀ ਅਗਲਾ ਕੁਐਸਚਨ ਆ ਗਿਆ ਫਿਰ ਤੋਂ D ਸਕਰੀਨ ਤੇ चॉकलेट रह गई चलो लो जी चॉकलेट क्वेश्चन डेयरी मिल्क है ना होर कही फाइव स्टार होर कि होंच होर कि डेरी मिल्क होर है ना क्रैक नट्स आंदी है एक एक होर भी काफ़ी सारिया आदियाँ चॉकलेट्स है ना सारिया चॉकलेट भी जो जो थोड़ी चीज़ फेवरेट है वो वाला क्वेश्चन है अगला क्वेश्चन आ गया हूँ देखते हैं इस क्वेश्चन की दें भी ये पीजा कोश्चन है कि ये हलवा क्वेश्चन है या ये क्या है फटाफट दसो भी की होएगा ਸੱਤ ਪਾਣੀ ਵਾਲਾ ਗੋਲ ਗੱਪਾ ਚਲੋ ਵੈਰੀ ਗੁੱਡ ਵੀ ਬਹੁਤ ਸ਼ਾਨਦਾਰ ਕਹਿੰਦੇ ਸਰ ਜੀ ਸੱਤ ਪਾਣੀ ਵਾਲਾ ਗੋਲ ਗੱਪਾ ਉਹ ਕਿਹੜਾ ਹੁੰਦਾ ਹੈ ਭਾਈ ਅਸੀਂ ਤਾਂ ਪਾਣੀ ਦੋਈ ਸੁਣਿਆ ਜਾਂ ਖੱਟਾ ਜਾਂ ਮਿੱਠਾ ਹੂੰ ਇਹ ਕਹਿੰਦੇ ਜੀ ਸੱਤ ਵੀ ਹੁੰਦੇ ਆ ਸਰ ਭਾਈ ਬਹੁਤ ਤੁਸੀਂ ਤਾਂ ਬਹੁਤ ਸਵਾਦੂ ਬੰਦੇ ਹੋ ਫਿਰ ਹੈ ਕੀ ਕਹਿੰਦਾ ਦੇਖੋ ਕਹਿੰਦਾ ਇਹ ਰਿਪਰਜੈਂਟ ਡਿਵਾਈਡ ਇਹ ਜਿਹੜਾ ਹੈ ਇਹ ਰਿਪਰਜੈਂਟ ਕਰਦਾ ਹੈ ਡਿਵਾਈਡ ਨੂੰ ਮਤਲਬ ਜਿੱਥੇ-ਜਿੱਥੇ ਇਹ ਆਏਗਾ ਜਿੱਥੇ-ਜਿੱਥੇ ਇਹ ਭਾਈ ਸਾਹਿਬ ਆਣਗੇ ਇਹਨਾਂ ਦਾ ਮਤਲਬ ਕੀ ਹੈ ਡਿਵਾਈਡ ਫੇਰ ਉਹ ਕਹਿੰਦਾ ਹੈ ਜੀ b ਰਿਪਰੈਜ਼ੈਂਟ ਪਲੱਸ ਜਿੱਥੇ-ਜਿੱਥੇ b ਆਏਗਾ ਉਹ ਕੀ ਕਰੇਗਾ ਉਹ ਜੋੜੇਗਾ ਉਸ ਤੋਂ ਬਾਅਦ c c ਰਿਪਰੈਜ਼ੈਂਟ ਮਾਈਨਸ ਜਿੱਥੇ-ਜਿੱਥੇ c ਆਏਗਾ ਇਹ ਕੀ ਕਰੇਗਾ ਮਾਈਨਸ ਕਰੇਗਾ ਤੇ d ਜਿਹੜਾ ਹੈ ਉਹ ਰਿਪਰੈਜ਼ੈਂਟ ਕਰਦਾ ਹੈ ਮਲਟੀਪਲੀਕੇਸ਼ਨ ਨੂੰ ਕਹਿੰਦਾ ਜਿੱਥੇ-ਜਿੱਥੇ d ਆਏਗਾ ਇਹ ਰਿਪਰੈਜ਼ੈਂਟ ਕਰੇਗਾ ਮਲਟੀਪਲੀਕੇਸ਼ਨ ਨੂੰ a ਰਿਪਰੈਜ਼ੈਂਟ ਕਰੇਗਾ ਮਲਟੀਪਲੀਕੇਸ਼ਨ ਨੂੰ ਤਾਂ ਹੁਣ ਸਭ ਤੋਂ ਪਹਿਲਾਂ ਲਾਈਏ 24 ਲੋ ਜੀ a a ਦੀ ਥਾਂ ਤੇ ਕੀ ਆਏਗਾ ਡਿਵਾਈਡ ਲੋ ਜੀ ਡਿਵਾਈਡ 6 ਫਿਰ ਕੀ ਆਏਗਾ ਡੀ ਡੀ ਦਾ ਮਤਲਬ ਕੀ ਹੈ ਮਲਟੀਪਲੀਕੇਸ਼ਨ ਮਲਟੀਪਲੀਕੇਸ਼ਨ ਕਿੰਨਾ ਆ ਗਿਆ 4 ਫਿਰ ਆ ਗਿਆ ਜੀ ਬੀ ਬੀ ਦਾ ਕੀ ਹੈ ਪਲੱਸ ਬੀ ਦਾ ਕੀ ਹੈ ਪਲੱਸ ਕਿੰਨਾ ਆ ਗਿਆ 9 ਫਿਰ ਆ ਗਿਆ ਸੀ ਸੀ ਦਾ ਹੈ ਮਾਈਨਸ ਕਿੰਨਾ 8 ਅੱਗੇ ਆ ਗਿਆ ਜੀ ਕੁਸ਼ਚਨ ਮੰਗਦੀ ਵੈਲਿਊ ਕੀ ਆਏਗੀ ਹੈਨਾ ਤਾਂ ਹੁਣ ਦੇਖੋ ਸਭ ਤੋਂ ਪਹਿਲਾਂ ਕੀ ਆਏਗਾ ਇਸ ਦੇ ਵਿੱਚ ਰੂਲ ਕੀ ਲੱਗੇਗਾ ਤਾਂ ਤੁਸੀਂ ਕਹੋਗੇ ਕਿ ਸਰ ਇਸ ਵਿੱਚ ਲੱਗੇਗਾ ਬੋਡਮਾਸ ਰੂਲ ਕੀ ਲੱਗੂਗਾ ਬੋਡਮਾਸ ਰੂਲ ਮਤਲਬ ਬ੍ਰੈਕਟ ਆਫ ਡਿਵਾਈਡ ਮਲਟੀਪਲੀਕੇਸ਼ਨ ਐਡ ਤੇ ਸਬਟਰੈਕਟ ਹੁਣ ਬ੍ਰੈਕਟ ਹੈ ਨਹੀਂਗਾ ਆਫ ਵੀ ਹੈ ਨਹੀਂਗਾ ਹੁਣ ਵਾਰੀ ਕਿਹਦੀ ਹੈ ਡਿਵਾਈਡ ਦੀ ਇਹ ਇਸੇ ਸੀਕੁਐਂਸ ਦੇ ਵਿੱਚ ਸੋਲਵ ਹੋਏਗਾ ਇਸ ਗੱਲ ਦਾ ਧਿਆਨ ਰੱਖ ਲੈਣਾ ਬੋਡਮਾਸ ਰੂਲ ਦਾ ਮਤਲਬ ਕੀ ਹੈ ਕਿ ਜੋ ਸੀਕੁਐਂਸ ਆਏਗੀ ਜੋ ਸੀਰੀਜ਼ ਆਏਗੀ ਉਹ ਇਸੇ ਸੀਕੁਐਂਸ ਦੇ ਵਿੱਚ ਸੋਲਵ ਹੋਏਗੀ ਤਾਂ ਬ੍ਰੈਕਟ ਹੈ ਨਹੀਂ ਆਫ ਐਨੀ ਹੁਣ ਡਿਵਾਈਡ ਹੋਏਗਾ ਤਾਂ ਡਿਵਾਈਡ ਕਰਾਂਗੇ ਕਿੰਨਾ ਆ ਗਿਆ 4 ਉਸ ਤੋਂ ਬਾਅਦ ਫਿਰ 4 ਫਿਰ ਪਲੱਸ 9 ਮਾਈਨਸ 8 ਫਿਰ ਆ ਗਿਆ ਜੀ ਕੁਐਸਚਨ ਮਾਰ ਹੁਣ ਵਾਰੀ ਕਿੰਦੀ ਹੈ ਮਲਟੀਪਲੀਕੇਸ਼ਨ ਦੀ 16 16 ਪਲੱਸ 9 25 25 ਮਾਈਨਸ 8 ਕਰਾਂਗੇ ਕਿੰਨੇ ਹੋ ਜਾਣਗੇ ਭਾਈ ਫਟਾਫਟ ਦੱਸ ਦੋ ਜਾਂ 9 ਦੇ ਵਿੱਚੋਂ ਹੀ ਗਿਆ 8 ਤੇ ਕਿੰਨੇ ਬਚ ਗਏ 17 ਬਚ ਗਏ ਕਿੰਨੇ ਬਚ ਗਏ ਭਾਈ 17 ਬਚ ਗਏ 17 ਬਚ ਗਏ ਮਤਲਬ ਕਿ অপਸ਼ਨ B will be the right answer B ਜਿੰਨਾ ਜਿੰਨਾ ਨੇ ਕੀਤਾ ਹੈ ਉਹਨਾਂ ਦਾ ਬਿਲਕੁਲ 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 ਰਾਈਟ ਹੈ ਜੀ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਫਟਾਫੜ ਦੱਸ ਦੋ ਕਲੀਅਰ 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 ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਨੈਕਸਟ ਕੁਐਸਚਨ ਆ ਗਿਆ ਵੀ ਆਪਣੀ ਸਕਰੀਨ ਤੇ ਕੀ ਕਹਿ ਰਿਹਾ ਦੇਖੋ ਕਹਿੰਦਾ ਕਿ ਇਹ ਜਿਹੜਾ ਫਿਗਰ ਹੈ ਜੋ ਉੱਪਰ ਫਿਗਰ ਦਿੱਤੀ ਗਈ ਹੈ ਇਹ ਲੁਕੀ ਹੋਈ ਹੈ ਕਿਸੇ ਤਰੀਕੇ ਨਾਲ ਬਚਪਨ ਚ ਤੁਸੀਂ ਲੁਕਣ ਮਲੀਚੀ ਖੇਲਦੇ ਸੀ ਨਾ ਹਨਾ ਉਹੀ ਕੰਮ ਇੱਥੇ ਹੈ ਹੁਣ ਇਹ ਵਾਲੀ ਫਿਗਰ ਲੱਭਣੀ ਹੈ ਇਹਨਾਂ ਦੇ ਵਿੱਚੋਂ ਕਿੱਥੇ ਲੁਕੀ ਹੋਈ ਹੈ অপਸ਼ਨ A ਦੇ ਵਿੱਚ ਹੈ B ਦੇ ਵਿੱਚ ਹੈ C ਦੇ ਵਿੱਚ ਹੈ ਜਾਂ D ਦੇ ਵਿੱਚ ਹੈ ਕਿੱਥੇ ਲੁਕੀ ਹੋਈ ਹੈ ਇਹ ਪਤਾ ਕਰਨਾ ਹੈ ਬਰਫੀ ਕੋਸ਼ਨ ਨਹੀਂ ਬਰਫੀ ਨਹੀਂ ਬਰਫੀ ਮੇਰੀ ਫੇਵਰਿਟ ਹੈ ਵੀ ਬਰਫੀ ਤਾਂ ਤੁਹਾਡੇ ਤੋਂ ਖਾਵਾਂਗੇ ਕਦੋਂ ਬਸ ਹੁਣ ਜਲਦ ਜਦੋਂ ਜਦੋਂ ਰਿਜ਼ਲਟ ਆ ਜਾਣਗੇ ਜਿਵੇਂ ਹੁਣ ਫੋਰੈਸਟ ਗਾਰਡ ਦਾ ਰਿਜ਼ਲਟ ਆਇਆ ਬਹੁਤ ਬੱਚਿਆਂ ਦੇ ਮੈਸੇਜ ਆ ਰਹੇ ਨੇ ਕੋਲ ਸਈਆਂ ਕੀ ਸਰ ਸਾਡਾ ਪੇਪਰ ਪਾਸ ਹੋ ਗਿਆ ਬਹੁਤ ਬਹੁਤ ਮੁਬਾਰਕਾ ਉਹਨਾਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਪੇਪਰ ਪਾਸ ਹੋਇਆ ਹੁਣ ਬਸ ਫਿਜ਼ੀਕਲ ਕੱਢ ਦੋ ਫਾਈਨਲ ਲਿਸਟ ਦੇ ਨਾਮ ਲੈ ਆਓ ਤੇ ਫਿਰ ਆਜੋ ਪਾਡਾ 247 ਦੇ ਆਫਿਸ ਦੇ ਵਿੱਚ ਹਨਾ ਫਿਰ ਇੱਥੇ ਮਿਲ ਕੇ ਬੈਠ ਕੇ ਖਾਵਾਂਗੇ ਬਰਫੀਆਂ ਹਾਂਜੀ ਕੀ ਹੋਏਗਾ ਬੀ অপਸ਼ਨ ਦੇ ਨਾਲ ਜਾ ਰਹੇ ਆ ਦੋ ਦੇ ਨਾਲ ਜਾ ਰਹੇ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਮੈਨੂੰ ਇਹ ਜਿਹੜੀ ਫਿਗਰ ਹੈ ਨਾ ਇਹ ਫਿਗਰ ਮੈਨੂੰ ਫਾਈਂਡ ਕਰਨੀ ਹੈ ਕਿ ਇਹਦੇ ਵਿੱਚ ਕਿੱਥੇ ਆਈ ਹੈ ਇਹ ਵਾਲੀ ਫਿਗਰ ਇਹ ਵਾਲੀ ਫਿਗਰ ਤਾਂ ਮੈਂ ਸਭ ਤੋਂ ਪਹਿਲਾਂ ਦੇਖਿਆ ਕਿ ਇਸ ਦੇ ਵਿੱਚ ਇੱਕ ਸਿੱਧੀ ਲਾਈਨ ਚਾਹੀਦੀ ਆ ਆ ਲਾਈਨ ਵੀ ਹੈਗੀ ਆ ਵੀ ਆ ਲਾਈਨ ਹੈ ਬਟ ਉੱਪਰ ਦੀ ਕੋਈ ਲਾਈਨ ਨਹੀਂ ਹੈ ਉੱਪਰ ਦੀ ਕੋਈ ਲਾਈਨ ਨਹੀਂ ਹੈ ਤਾਂ ਕ੍ਰੋਸ ਇਸ ਦੇ ਵਿੱਚ ਦੇਖੋ ਇੱਕ ਸਿੱਧੀ ਲਾਈਨ ਹੈ ਬਟ ਉੱਪਰ ਦੀ ਕੋਈ ਵੀ ਲਾਈਨ ਨਹੀਂ ਹੈ ਕ੍ਰੋਸ ਇਸ ਦੇ ਵਿੱਚ ਵੀ ਕੀ ਹੈ ਕੋਈ ਸਿੱਧੀ ਲਾਈਨ ਹੀ ਨਹੀਂ ਹੈ ਕ੍ਰੋਸ ਬਚਿਆ ਕੋਣ ਬੀ ਆਪਸ਼ਨ ਬਚ ਕੋਣ ਗਿਆ ਬੀ ਆਪਸ਼ਨ ਹੁਣ ਬੀ ਆਪਸ਼ਨ ਕਿੱਥੇ ਹੈ ਬੀ ਆਪਸ਼ਨ ਕਿੱਥੇ ਹੈ ਤਾਂ ਤੁਸੀਂ ਕਹੋਗੇ ਕਿ ਸਰ ਬੀ ਆਪਸ਼ਨ ਦੇ ਵਿੱਚ ਆ ਰਿਹਾ ਦਿਖ ਰਿਹਾ ਹੈ ਬਈ ਕਿਸੇ ਨੂੰ ਯੈਸ ਐ ਨੋ ਫਟਾਫਟ ਦੱਸ ਦਿਓ ਮੇਰੇ ਵੀਰ ਫਟਾਫਟ ਦੱਸ ਦਿਓ ਅਗਰ ਦੇਖ ਰਿਹਾ ਤਾਂ ਫਟਾਫਟ ਯੈਸ ਟਾਈਪ ਕਰ ਦਿਓ ਕਿ ਯੈਸ ਸਰ ਇਹ ਕੁਐਸਚਨ ਸਾਨੂੰ ਦੇਖ ਰਿਹਾ ਹੈ ਤਾਂ ਇਸ ਦੇ ਵਿੱਚ ਇਹ ਫਿਗਰ ਕਿੱਥੇ ਹੈ ਸੌਰੀ ਇਸ ਦੇ ਵਿੱਚ ਇਹ ਫਿਗਰ ਕਿੱਥੇ ਹੈ ਇਸ ਥਾਂ ਤੇ ਹੈ ਇੰਨਾ ਇਹਨਾਂ ਨੇ ਏਸੀ ਛੱਡ ਰੱਖਿਆ ਫੇਰ ਅੱਜ ਜੁਖਾਮ ਕਰਾ ਕੇ ਹੀ ਮੰਨਣਗੇ ਨਹੀਂ ਮੰਨਦੇ ਤਾਂ ਆਨਸਰ ਤੁਹਾਡਾ ਕੀ ਹੋ ਗਿਆ ਆਨਸਰ ਹੋ ਗਿਆ ਜੀ ਬੀ ਬੀ ਆਪਸ਼ਨ ਵਿਲ ਬੀ ਦਾ ਰਾਈਟ ਆਨਸਰ ਕਲੀਅਰ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਚਲੋ ਜੀ ਅਗਲਾ ਕੁਐਸਚਨ ਦੇਖਦੇ ਹਾਂ ਕੀ ਹੋਏਗਾ ਤੇ ਅਗਲਾ ਕੁਐਸਚਨ ਆ ਗਿਆ ਤੁਹਾਡੇ ਕੈਲੰਡਰ ਟੌਪਿਕ ਤੋਂ ਕੈਲੰਡਰ ਟੌਪਿਕ ਤੋਂ ਆ ਚੁੱਕਿਆ ਹੈ ਅਗਲਾ ਕੁਐਸਚਨ ਦੱਸੋ ਇਸ ਦਾ ਆਨਸਰ ਕੀ ਹੋਏਗਾ ਇੱਕ ਵਾਰ ਵੀਰ ਮੇਰੇ ਉਹ ਸਾਰੇ ਜਿਹਨੇ ਫਟਾਫਟ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰ ਦਿਓ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੋਂ ਆ ਚੁੱਕਿਆ ਹੈ ਬਈ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਦੇਖੋ ਕੀ ਕਹਿ ਰਿਹਾ ਕਹਿੰਦਾ ਜੇਕਰ 8 ਅਪ੍ਰੈਲ 2012 ਨੂੰ ਮੰਗਲਵਾਰ ਸੀ ਤਾਂ 21 ਨਵੰਬਰ 2012 ਨੂੰ ਕੀ ਦਿਨ ਹੋਵੇਗਾ 8 ਅਪ੍ਰੈਲ 2012 ਨੂੰ ਮੰਗਲਵਾਰ ਸੀਗਾ ਤਾਂ 21 ਨਵੰਬਰ 2012 ਨੂੰ ਕਿਹੜਾ ਦਿਨ ਹੋਵੇਗਾ ਤਾਂ ਸਭ ਤੋਂ ਪਹਿਲਾਂ ਇੱਥੇ ਕਰਨਾ ਕੀ ਪਵੇਗਾ ਸਭ ਤੋਂ ਪਹਿਲਾਂ ਇੱਥੇ ਕੀ ਕਰਨਾ ਪਵੇਗਾ ਇੱਥੇ ਆਪਾਂ ਫਾਈਂਡ ਕਰਨੇ ਹਨ ਓਡੇ ਕੀ ਕਰਨੇ ਹਨ ਓਡੇ ਫਾਈਂਡ ਕਰਨੇ ਹਨ ਤਾਂ ਮੈਂ ਸਭ ਤੋਂ ਪਹਿਲਾਂ ਦੇਖਿਆ ਭਾਈ 8 ਅਪ੍ਰੈਲ ਅਪ੍ਰੈਲ ਦਾ ਮਹੀਨਾ ਹੈ April ਦਾ ਮਹੀਨਾ ਹੈ ਤਾਂ ਤੁਸੀਂ ਮੈਨੂੰ ਇਹ ਦੱਸ ਦਿਓ ਵੀ 8 April ਤੱਕ ਤਾਂ ਗੱਲ ਹੋ ਚੁੱਕੀ ਐ ਕਿਉਂਕਿ ਇਹਨੇ ਕਹਿਤਾ ਵੀ 8 April ਨੂੰ ਕੀ ਹੈ ਮੰਗਲਵਾਰ ਹੈ ਟਿਊਜ਼ਡੇ ਹੈ ਹਨਾ 8 April ਨੂੰ ਮੰਗਲਵਾਰ ਹੈ ਇਹ ਗੱਲ ਇਹਨੇ ਕਹਿਤੀ ਤਾਂ April ਮਹੀਨੇ ਦੇ ਹੋਰ ਕਿੰਨੇ ਦਿਨ ਰਹਿ ਗਏ ਤਾਂ ਤੁਸੀਂ ਕਹੋਗੇ ਸਰ 30 ਦਿਨ ਹੁੰਦੇ ਆ ਜੀ ਕਿੰਨੇ ਦਿਨ ਹੁੰਦੇ ਆ 30 ਦਿਨ 8 ਦਿਨ ਤਾਂ ਨਿਕਲ ਗਏ ਪਿੱਛੇ ਬਚ ਕਿੰਨੇ ਗਏ 22 ਦਿਨ ਅਗਰ ਮੈਂ ਨਾ 22 ਦਿਨਾਂ ਦੇ ਵਿੱਚ ਔਡੇ ਫਾਈਂਡ ਕਰਾਂ ਅਗਰ ਮੈਂ 22 ਦਿਨਾਂ ਦੇ ਵਿੱਚ ਓਡੇ ਫਾਈਂਡ ਕਰਾਂ ਤਾਂ ਮੇਰੇ ਕੋਲ ਕਿੰਨਾ ਰਹੇਗਾ ਤਾਂ ਤੁਸੀਂ ਕਹੋਗੇ 22/7 ਕਰਤੇ 21 ਕਿੰਨਾ ਬਚ ਗਿਆ 1 ਅਗਰ ਮੈਂ ਅਪ੍ਰੈਲ ਮਹੀਨੇ ਦੀ ਗੱਲ ਕਰਾਂ ਤਾਂ ਓਡੇ ਮੇਰੇ ਕੋਲ ਬਚੇ 22 22 ਦੇ ਵਿੱਚ 7 ਨਾਲ ਡਿਵਾਈਡ ਕੀਤਾ ਤਾਂ 7 3 21 ਤਾਂ ਮੇਰੇ ਕੋਲ ਕਿੰਨਾ ਬਚ ਗਿਆ ਇੱਕ ਓਡੇ ਬਚ ਗਿਆ ਬਈ ਇੱਕ ਓਡੇ ਬਚ ਗਿਆ ਸਿਰਫ ਤੇ ਸਿਰਫ ਤਾਂ ਮੈਂ ਇੱਥੇ ਲਿਖ ਲਿਆ ਜੀ 1 ਅਪ੍ਰੈਲ ਤੋਂ ਬਾਅਦ ਮਈ ਮਹੀਨਾ ਹੁਣ ਮਈ ਸਟਾਰਟ ਹੋ ਗਿਆ ਮਈ ਦੇ ਵਿੱਚ ਕਿੰਨੇ ਹੁੰਦੇ ਆ ਤਾਂ ਤੁਸੀਂ ਕਹੋਗੇ ਕਿ ਸਰ ਮਈ ਦੇ ਵਿੱਚ 3 ਹੁੰਦੇ ਆ ਮਈ ਦੇ ਵਿੱਚ ਓਡੇ ਕਿੰਨੇ 3 ਡੇਜ ਉਸ ਤੋਂ ਬਾਅਦ ਮਈ ਤੋਂ ਬਾਅਦ ਜੂਨ ਜੂਨ ਦੇ ਵਿੱਚ ਕਿੰਨੇ ਹੁੰਦੇ ਆ ਤਾਂ ਤੁਸੀਂ ਕਹੋਗੇ ਸਰ 2 ਓਡੇ ਹੁੰਦੇ ਆ ਫਿਰ ਆਜੂਗੀ ਗੱਲ ਜੁਲਾਈ ਤੇ ਜੁਲਾਈ ਦੇ ਵਿੱਚ ਕਿੰਨੇ ਤਾਂ ਤੁਸੀਂ ਕਹੋਗੇ ਸਰ ਜੀ 3 ਹੋਣਗੇ ਫਿਰ ਆਜੂਗੀ ਗੱਲ ਅਗਸਤ ਦੀ ਕਿਸ ਦੀ ਅਗਸਤ ਦੀ ਅਗਸਤ ਦੇ ਵਿੱਚ ਵੀ ਕਿੰਨੇ 3 ਫਿਰ ਗੱਲ ਆ ਗਈ ਸਤੰਬਰ ਸਤੰਬਰ ਦੇ ਕਿੰਨੇ 2 ਫਿਰ ਗੱਲ ਕਿਸ ਦੀ ਆ ਗਈ ਅਕਤੂਬਰ ਅਕਤੂਬਰ ਦੇ ਕਿੰਨੇ ਤਾਂ ਤੁਸੀਂ ਕਹਿ ਦੋਗੇ ਸਰ 3 ਹੁਣ ਗੱਲ ਆ ਗਈ ਨਵੰਬਰ ਤਾਂ ਨਵੰਬਰ ਕਿੱਥੇ ਤੱਕ ਜਾਣਾ ਹੈ 21 ਨਵੰਬਰ ਤੱਕ ਤਾਂ 21 ਨਵੰਬਰ ਮਤਲਬ 21 ਵਟੇ 7 ਕਰਾਂਗੇ ਤਾਂ ਕਿੰਨੇ ਆ ਗਏ 0 0 ਤਾਂ ਮਤਲਬ ਨਵੰਬਰ ਦੇ ਤਾਂ ਆਪਾਂ ਨੂੰ ਕਾਊਂਟ ਕਰਨ ਦੀ ਜ਼ਰੂਰਤ ਹੈ ਹੀ ਨਹੀਂ ਅਗਰ ਨਵੰਬਰ ਦੀ ਜ਼ਰੂਰਤ ਨਹੀਂ ਹੈ ਤਾਂ ਅਕਤੂਬਰ ਤੱਕ ਕਾਊਂਟ ਕਰੋ ਭਾਈ ਕਿੰਨੇ ਹੋ ਗਏ 1 ਤੇ 3 4 4 ਤੇ 2 6 6 ਤੇ 3 9 9 ਤੇ 3 12 1 3 4 4 2 6 6 3 9 9 3 12 12 ਤੇ 2 14 14 ਤੇ 3 17 ਕਿੰਨੇ ਹੋ ਗਏ 17 odd day ਹੋ ਗਏ ਟੋਟਲ ਕਿੰਨੇ ਮਹੀਨੇ ਤੱਕ 21 ਨਵੰਬਰ ਤੱਕ ਤਾਂ 17 ਹੋ ਗਏ 17 ਨੂੰ ਜਦੋਂ ਡਿਵਾਈਡ ਕਰੋਗੇ ਕਿਹਦੇ ਨਾਲ 7 ਦੇ ਨਾਲ ਤਾਂ 7 ਦੁਣੀ 14 ਮਾਈਨਸ ਕਰੋਗੇ ਕਿੰਨੇ ਦਿਨ ਰਹਿ ਗਏ 3 odd day ਕਿੰਨੇ ਦਿਨ ਰਹਿ ਗਏ ਭਾਈ 3 odd day ਐਸੇ ਯਾਨੋ ਐਸੇ ਯਾਨੋ ਫਟਾਫਟ ਦੱਸ ਦੋ ਵੀ ਥਰੀ ਓਡ ਡੇ ਰਹਿ ਗਏ ਥਰੀ ਓਡ ਡੇ ਮਤਲਬ ਮੰਗਲਵਾਰ ਦੇ ਵਿੱਚ ਤਿੰਨ ਦਿਨ ਐਡ ਕਰ ਦਿਓ ਮੰਗਲ ਦੇ ਵਿੱਚ ਤਿੰਨ ਦਿਨ ਐਡ ਕਰੋਗੇ ਤਾਂ ਪਹਿਲਾ ਦਿਨ ਹੋ ਗਿਆ ਵੈਨਸਡੇ ਦੂਜਾ ਦਿਨ ਹੋ ਗਿਆ ਥਰਸਡੇ ਔਰ ਤੀਸਰਾ ਦਿਨ ਕੀ ਹੋ ਗਿਆ ਤੀਸਰਾ ਦਿਨ ਹੋ ਗਿਆ ਭਾਈ ਫਰਾਈਡੇ ਮੰਗਲਵਾਰ ਦੇ ਵਿੱਚ ਤਿੰਨ ਦਿਨ ਐਡ ਕਰਨੇ ਆ ਬੁੱਧ ਵੀਰ ਸ਼ੁੱਕਰ ਸ਼ੁੱਕਰ ਬੋਲੇ ਤੋਂ ਫਰਾਈਡੇ ਫਰਾਈਡੇ ਬੋਲੇ ਤੋਂ ਏ ਵਿਲ ਬੀ ਦਾ ਰਾਈਟ ਆਨਸਰ ਇਹ ਜਿਹੜਾ ਹੈ ਉਹ ਬਿਲਕੁਲ 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 ਇੱਥੇ ਕੀ ਹੈ ਕਲੀਅਰ ਹੈ ਕਲੀਅਰ ਹੋ ਗਿਆ ਭਾਈ ਫਟਾਫਟ ਦੱਸ ਦਿਓ ਅਗਰ ਕਲੀਅਰ ਹੋ ਗਿਆ ਤਾਂ ਇੱਕ ਵਾਰ ਸਾਰੇ ਜਣੇ ਫਟਾਫਟ ਥੰਬਸ ਅਪ ਕਰ ਦਿਓ ਕਿ ਹਾਂਜੀ ਸਰ ਇਹ ਚੀਜ਼ ਕਲੀਅਰ ਹੋ ਗਈ ਇਹ ਚੀਜ਼ ਕਲੀਅਰ ਹੋ ਗਈ ਫਟਾਫਟ ਇੱਕ ਵਾਰ ਥੰਬਸ ਅਪ ਕਰ ਦਿਓ ਵੀ ਸਾਰੇ ਜਣੇ ਕਲੀਅਰ ਹੈ ਕਲੀਅਰ ਹੈ ਕਲੀਅਰ 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 ਚਲੋ ਜੀ ਹਾਂਜੀ ਰਾਜੇ 17 ਹੋਣਗੇ 17 ਹੀ ਹੋਏ ਆ ਦੇਖ ਲਓ ਪਾਵੇਂ ਠੀਕ ਹੈ ਕਲੀਅਰ ਹੈ ਜੀ ਚਲੋ ਜੀ ਅਗਲਾ ਕੁਐਸਚਨ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਹੈ ਕਹਿੰਦਾ ਪੈਟਰਨ ਨੂੰ ਪੂਰਾ ਕਰਨ ਵਾਲੇ ਚਿੱਤਰ ਦੀ ਪਛਾਣ ਕਰੋ ਕਿਹੜਾ ਹੋਏਗਾ ਕਹਿੰਦਾ ਪੈਟਰਨ ਨੂੰ ਪੂਰਾ ਕਰਨ ਵਾਲੇ ਚਿੱਤਰ ਦੀ ਪਛਾਣ ਕਰੋ ਬਈ ਕਿਹੜਾ ਹੋਏਗਾ ਓਕੇ ਰਿਪੋਰਟ ਆ ਵੈਰੀ ਗੁੱਡ ਬੀ ਬਹੁਤ ਸ਼ਾਨਦਾਰ ਜਿੰਨਾ ਜਿੰਨਾ ਦੀ ਓਕੇ ਰਿਪੋਰਟ ਆ ਬਸ ਫਿਰ ਮਜ਼ਾ ਆਣ ਵਾਲਾ ਹੈ ਬਹੁਤ ਜਲ ਬਹੁਤ ਜਲ ਲਾਈਫ ਤੁਹਾਡੀ ਚੇਂਜ ਹੋਣ ਵਾਲੀ ਹੈ ਬਈ ਬਹੁਤ ਜਲ ਤੁਹਾਡੇ ਸੁਪਨੇ ਜਿਹੜੇ ਹੈ ਉਹ ਪੂਰੇ ਹੋਣ ਵਾਲੇ ਹੈ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਗਿਆ ਕੀ ਹੋਏਗਾ ਇਸ ਦਾ ਆਨਸਰ ਫਟਾਫਟ ਦੱਸੋ ਸਹੀ ਕਰਕੇ ਗਲਤ ਕਰਤਾ 달ੀਵਾਲ ਸਾਹਿਬ ਇਦਾਂ ਨਹੀਂ ਕਰਨਾ ਭਾਈ ਆਪਣੇ ਆਪ ਤੇ ਵਿਸ਼ਵਾਸ ਰੱਖੋ ਆਪਣੇ ਆਪ ਤੇ ਵਿਸ਼ਵਾਸ ਰੱਖੋ ਤਾਂ ਹੀ ਦੁਨੀਆ ਤੁਹਾਡੇ ਤੇ ਵਿਸ਼ਵਾਸ ਕਰੇਗੀ ਜੇ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂਗਾ ਤਾਂ ਕੋਈ ਨਾ ਕੋਈ ਆ ਕੇ ਡੋਲੂ ਮੰਨ ਜਾਏਗਾ ਹੈਨਾ ਕਲੀਅਰ ਹੈ ਚਲੋ ਵੀ ਕੀ ਆਨਸਰ ਹੋਏਗਾ ਕਹਿੰਦੇ ਬੀ ਆਪਸ਼ਨ ਬੀ ਆਪਸ਼ਨ ਬੀ ਆਪਸ਼ਨ ਬੀ ਆਪਸ਼ਨ ਸਭ ਤੋਂ ਪਹਿਲਾਂ ਦੇਖੋ ਇੱਥੇ ਕੀ ਦਿਖ ਰਿਹਾ ਹੈ ਇੱਥੇ ਦਿਖ ਰਿਹਾ ਹੈ ਕਿ ਕੁਝ ਇੱਕ ਐਰੋ ਹੈਗੀ ਆ ਇਸ ਤਰੀਕੇ ਨਾਲ ਕੁਝ ਐਰੋ ਹੈਗੀ ਆ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਔਰ ਉਸ ਤੋਂ ਬਾਅਦ ਫਿਰ ਕੀ ਹੈ ਉਲਟੀ ਐਰੋ ਹੈ ਫਿਰ ਇੱਕ ਐਰੋ ਇਦਾਂ ਹੈ ਫਿਰ ਇੱਕ ਐਰੋ ਉਲਟੀ ਹੈ ਔਰ ਲਾਸਟ ਦੇ ਵਿੱਚ ਕੀ ਹੈ ਇੱਕ ਡੰਡਾ ਹੈ ਲਾਸਟ ਦੇ ਵਿੱਚ ਕੀ ਹੈ ਸਿੰਗਲ ਡੰਡਾ ਹੈ ਤਾਂ ਹੁਣ ਦੇਖੋ ਇੱਥੇ ਮੈਂ ਦੇਖਿਆ ਤਾਂ ਦੋਨੋਂ ਹੀ ਡੰਡੇ ਇਸ ਤਰੀਕੇ ਨਾਲ ਆਇਆ ਤਾਂ ਇਸ ਦਾ ਮਤਲਬ ਕੀ ਹੈ ਇੱਥੇ ਵੀ ਡੰਡਾ ਹੋਏਗਾ ਇਸ ਤਰੀਕੇ ਦੇ ਨਾਲ ਹੁਣ ਇੱਥੇ ਦੇਖੋ ਐਰੋ ਜੋਨੋ ਦੋਨੋਂ ਐਰੋ ਨੂੰ ਦੇਖੋਗੇ ਤਾਂ ਆ ਐਰੋ ਕੀ ਹੈ نیچے ਨੂੰ ਫੇਸ ਹੈ ਇਸ ਦਾ ਵੀ ਕੀ ਹੈ نیچے ਨੂੰ ਫੇਸ ਹੈ ਤਾਂ ਮਤਲਬ ਕਿ ਹੁਣ ਇੱਥੇ ਜੋ ਐਰੋ ਹੈ ਮੈਂ ਵੀ ਇਸ ਦੇ ਅਕੋਰਡਿੰਗ ਦੇਖੂਗਾ ਤਾਂ ਇਸ ਦੇ ਨਾਲ ਵਾਲੀ ਜਿਹੜੀ ਐਰੋ ਹੈ ਬਾਹਰ ਨੂੰ ਦੇਖ ਰਹੀ ਹੈ ਤਾਂ ਮੇਰੀ ਐਰੋ ਵੀ ਕੀ ਦੇਖੇਗੀ ਭਾਈ ਬਾਹਰ ਨੂੰ ਦੇਖੇਗੀ ਮੇਰੀ ਐਰੋ ਵੀ ਕੀ ਦੇਖੇਗੀ ਬਾਹਰ ਨੂੰ ਦੇਖੇਗੀ ਤਾਂ ਮਤਲਬ ਇਧਰ ਲਾਈਨ ਔਰ ਉਸ ਦੇ ਨਾਲ ਬਾਹਰ ਐਰੋ ਤਾਂ ਕਿੱਥੇ ਆ ਰਹੀ ਹੈ 1 ਨੰਬਰ ਦੇ ਵਿੱਚ 2 ਨੰਬਰ ਦੇ ਵਿੱਚ ਐਰੋ ਕਿੱਥੇ ਜਾ ਰਹੀ ਹੈ ਉੱਪਰ ਗਲਤ ਹੋ ਗਿਆ ਇਸ ਦੇ ਵਿੱਚ ਡੰਡਾ ਕੀ ਕਰਤਾ ਗਲਤ ਕਰਤਾ ਇਹਦੇ ਵਿੱਚ ਵੀ ਡੰਡਾ ਕੀ ਕਰਤਾ ਗਲਤ ਕਰਤਾ অপਸ਼ਨ 1 ਨੰਬਰ ਬਚਿਆ A will be ਦਾ ਰਾਈਟ ਆਨਸਰ A ਜਿਹੜਾ ਹੈ ਉਹ ਬਿਲਕੁਲ 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 ਤੋਂ ਡਾਇਥੇ ਕੀ ਹੈ ਰਾਈਟ ਆਨਸਰ ਹੈ ਕਲੀਅਰ ਹੋ ਗਿਆ ਕਲੀਅਰ ਹੋ ਗਿਆ yes या no ਫਟਾਫਟ ਦੱਸੋ ਇੱਕ ਵਾਰ ਬਿਲਕੁਲ ਹਲਵਾ ਕੁਐਸਚਨ ਸੀਗਾ ਚੂਰਨ ਕੁਐਸਚਨ ਸੀ ਇਸੇ ਟਾਈਪ ਦੇ ਕੁਐਸਚਨ ਹੋਣ ਨਾ ਜਿੱਥੇ ਸਿਮਿਲਰ ਚੀਜ਼ ਘੁੰਮਦੀ ਹੋਵੇ ਹਮੇਸ਼ਾ ਇੱਕ ਚੀਜ਼ ਨੂੰ ਫੜੋ ਔਰ ਉਹਨੂੰ ਲਾਸਟ ਤੱਕ ਦੇਖੋ ਤੁਹਾਡਾ ਆਨਸਰ ਵਿਦਿਨ ਸੈਕਿੰਡ ਆ ਜਾਏਗਾ ਲੇਕਿਨ ਅਗਰ ਤੁਸੀਂ ਦੋ ਚੀਜ਼ਾਂ ਚਾਰ ਚੀਜ਼ਾਂ ਪੰਜ ਚੀਜ਼ਾਂ ਨਾਲ ਲੈ ਕੇ ਚੱਲੋਗੇ ਤਾਂ ਉਹ ਫਿਰ ਕਹਿੰਦੇ ਹੁੰਦੇ ਹਨ ਨਾ ਕਿ ਜਿਹੜਾ ਬੰਦਾ ਦੋ ਨਾਵਾਂ ਤੇ ਸਵਾਰ ਹੁੰਦਾ ਫਾਈਨਲੀ ਕੀ ਹੁੰਦਾ ਡੁੱਬਦਾ ਹੀ ਡੁੱਬਦਾ ਹੈ ਤਾਂ ਉਹੀ ਕਹਾਣੀ ਇੱਥੇ ਵਰਤੀ ਜਾਏਗੀ ਤਾਂ ਇਹ ਜਿਹੜਾ ਹੈ ਉਹ ਬਿਲਕੁਲ 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 ਕੀ ਹੈ ਰਾਈਟ ਆਨਸਰ ਹੈ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਤਾਂ ਫਟਾਫਟ ਥੰਮਸ ਅਪ ਕਰ ਦਿਓ ਤੇ ਉਸ ਤੋਂ ਬਾਅਦ ਅਗਲਾ ਕੁਐਸਚਨ ਜਿਹੜਾ ਹੈ ਉਹ ਤੁਹਾਡੀ ਸਕਰੀਨ ਤੇ ਆ ਚੁੱਕਿਆ ਜੀ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਕੀ ਹੋਏਗਾ ਇਸ ਦਾ ਆਨਸਰ ਫਟਾਫਟ ਆਨਸਰ ਕਰੋ ਬਈ ਕੀ ਹੋਏਗਾ ਫਟਾਫਟ ਆਨਸਰ ਕਰਨਾ ਕੀ ਹੋਏਗਾ ਇਸ ਦਾ ओके जी जरूर जरूर जी हरमनजीत सिंह बिल्कुल राजे पा दिया करेंगे ਲੋਜੀ ਕੋਮਲ ਚੌਧਰੀ ਨੇ ਸਭ ਤੋਂ ਪਹਿਲਾ ਆਨਸਰ ਕੀਤਾ ਹੈ ਸੋ ਕੋਮਲ ਚੌਧਰੀ ਲਈ ਵੀ ਫਟਾਫਟ ਸਾਰੇ ਜਣੇ ਤਾਲੀਆਂ ਵਜਾ ਦਿਓ ਇੱਕ ਵਾਰ ਫਟਾਫਟ ਕਲਾਪਿੰਗ ਕਰ ਦਿਓ ਕੋਮਲ ਚੌਧਰੀ ਲਈ ਫਰਾਫਟ ਕਲਾਪਿੰਗ ਕਰ ਦਿਓ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾ ਆਨਸਰ ਦਿੱਤਾ ਅਗਲਾ ਕੁਐਸਚਨ ਆਪਣੀ ਸਕਰੀਨ ਤੇ ਹੈ ਸਭ ਤੋਂ ਪਹਿਲਾ ਦੇਖੋ 네ਗੇਟਿਵ ਗੱਲ ਕਰਤਾ ਹੈ ਕੀ ਕਹਿੰਦਾ ਕਹਿੰਦਾ ਜੀ ਨੋ ਗ੍ਰਾਸ ਹੋਪਰ ਇਜ਼ ਐਨ ਇਨਸੈਕਟ ਠੀਕ ਹੈ ਜੀ ਛੱਡੋ ਸਿੱਧਾ-ਸਿੱਧਾ ਜੀ ਗੱਲ ਹੈ ਕਹਿੰਦਾ ਕੋਈ ਵੀ ਟਿੱਡੀ ਇੱਕ ਕੀੜਾ ਨਹੀਂ ਹੈ ਕੋਈ ਵੀ ਟਿੱਡੀ ਕੀ ਨਹੀਂ ਹੈ ਕੀੜਾ ਨਹੀਂ ਹੈ ਕੋਈ ਵੀ ਟਿੱਡੀ ਜਿਹੜੀ ਹੈ ਉਹ ਇਨਸੈਕਟਸ ਨਹੀਂ ਹੈ ਮਤਲਬ ਕਿ ਟਿੱਡੀ ਜਿਹੜੀ ਹੈ ਉਹ ਕੀੜਾ ਨਹੀਂ ਹੈ ਲੋ ਜੀ ਇਹ ਆ ਗਿਆ ਜੀ ਕੋਈ ਟਿੱਡੀ ਕੀੜਾ ਨਹੀਂ ਹੈ ਫਿਰ ਉਹ ਅੱਗੇ ਕੀ ਕਹਿੰਦਾ ਕਹਿੰਦਾ ਕੋਈ ਵੀ ਇਨਸੈਕਟ ਜਿਹੜਾ ਬੱਗ ਨਹੀਂ ਹੈ ਵੀ ਕੋਈ ਵੀ ਜਿਹੜਾ ਕੀੜਾ ਹੈ ਉਹ ਬੱਗ ਨਹੀਂ ਹੈ ਲੋ ਜੀ ਕਹਿੰਦਾ ਕੋਈ ਵੀ ਕੀੜਾ ਬੱਗ ਨਹੀਂ ਹੈ ਚਲੋ ਜੀ ਠੀਕ ਹੈ ਮੰਨ ਲਿਆ ਫਿਰ ਅੱਗੇ ਕੀ ਕਹਿੰਦਾ ਕਹਿੰਦਾ ਸਾਰੇ ਦੇ ਸਾਰੇ ਬੱਗ ਕੀ ਹੈ ਮੋਤ ਸ ਹੈਗੇ ਸਾਰੇ ਦੇ ਸਾਰੇ ਬੱਗ ਕੀ ਹੈ ਇਹ ਵਾਲਾ ਭਾਈ ਇੱਥੇ ਆ ਵਾਲਾ ਕੀੜੇ ਨਹੀਂ ਗਏ ਇਹ ਵਾਲੇ ਧਿਆਨ ਰੱਖ ਲੈਣਾ ਇੱਥੇ ਮੋਤ ਸ ਲਿਖ ਲੈਣਾ ਇਹਨੂੰ ਕਿਉਂਕਿ ਇਹ ਇੰਗਲਿਸ਼ ਦੇ ਵਿੱਚ ਇਹਨਾਂ ਦਾ ਜੇ ਅਰਥ ਸੇਮ ਹੁੰਦਾ ਤਾਂ ਪੰਜਾਬੀ ਦੇ ਵਿੱਚੋਂ ਇਦਾਂ ਹੀ ਕਰ ਦਿੰਦਾ ਉਹ ਕਈ ਵਾਰ ਕਹਿੰਦੇ ਹੁੰਦੇ ਆ ਨਾ ਕਿ ਭਾਈ ਲੈਂਗੁਏਜ ਜਿਹੜੀ ਆ ਉਹ ਆਣੀ ਚਾਹੀਦੀ ਨਹੀਂ ਤਾਂ ਅਰਥ ਦਾ ਅਨਰਥ ਹੋ ਜਾਂਦਾ ਤੇ ਉਹੀ ਗੱਲ ਹੈ ਠੀਕ ਹੈ ਇੱਥੇ ਹੁਣ ਮੋਤਸ ਹੈ ਉਹ ਕਹਿੰਦਾ ਸਾਰੇ ਦੇ ਸਾਰੇ ਬੱਗ ਕੀ ਹੈ ਆ ਸਾਰੇ ਦੇ ਸਾਰੇ ਬੱਗ ਕੀ ਹੈ ਭਾਈ ਮੋਤਸ ਹੈਗੇ ਆ ਆ ਲੋ ਜੀ 100% ਵੈਂ ਡਾਇਗਰਾਮ ਬਣ ਗਿਆ ਹੁਣ ਉਹਨੇ ਕੀ ਕਿਹਾ ਹੁਣ ਉਹਨੇ ਕੀ ਕਿਹਾ ਹੈ ਦੇਖੋ ਹੁਣ ਉਹ ਕੀ ਕਹਿ ਰਿਹਾ ਹੈ ਉਹ ਕਹਿੰਦਾ ਕਹਿੰਦਾ ਜੀ ਸਮ ਬੱਗਸ ਕੁਝ ਬੱਗ ਆ ਵਾਲੇ ਇਹਨਾਂ ਵਿੱਚੋਂ ਕੁਝ ਬੱਗ ਮੇਬੀ ਗ੍ਰਾਸ ਚੋਪਰ ਕਹਿੰਦਾ ਕੁਝ ਬੱਗ ਜਿਹੜੇ ਹੈ ਉਹ ਮੇਬੀ ਹੋ ਸਕਦੇ ਆ ਗ੍ਰਾਸ ਚੋਪਰ ਇਹ ਵਾਲੇ ਮਤਲਬ ਕਿ ਆ ਟਿੱਡੀ ਹੋ ਸਕਦੀ ਹੈ ਇਹ ਬਈ ਆਪਣਾ ਗ੍ਰਾਸ ਚੋਪਰ ਸੀਗਾ ਹਨਾ ਇਹ ਹੋ ਸਕਦਾ ਹੈ ਇਹ ਹੋ ਸਕਦਾ ਹੈ ਜੀ ਇਹ ਹੋ ਸਕਦਾ ਹੈ ਤਾਂ ਉਹਨੇ ਕੀ ਪੁੱਛਿਆ ਉਹ ਕਹਿੰਦਾ ਕੁਝ ਬੱਗ ਟਿੱਡੇ ਹੋ ਸਕਦੇ ਹਨ ਮੇਬੀ ਦਾ ਮਤਲਬ ਕੀ ਹੈ ਪੋਸਿਬਿਲਿਟੀ ਮੇਬੀ ਦਾ ਮਤਲਬ ਕੀ ਹੈ ਪੋਸਿਬਿਲਿਟੀ ਹੈ ਤਾਂ ਦੇਖੋ ਆਪਾਂ ਨੂੰ ਗ੍ਰਾਸ ਚੋਪਰ ਔਰ ਇਸ ਬੱਗ ਦਾ ਨਹੀਂ ਪਤਾ ਕੋਈ ਇਹਨਾਂ ਦੇ ਵਿਚਾਰੇ ਗੱਲ ਨਹੀਂ ਹੋਈ ਜਦੋਂ ਨਹੀਂ ਹੋਈ ਤਾਂ ਪੋਸਿਬਿਲਟੀ ਦੇ ਵਿੱਚ ਕੀ ਹੈ ਇਹ ਹੋ ਵੀ ਸਕਦੇ ਆ ਤੇ ਨਹੀਂ ਹੋ ਸਕਦੇ ਮਤਲਬ ਕਿ ਇਹ ਕੀ ਹੈ ਰਾਈਟ ਹੈ ਇਹ ਕੀ ਹੈ ਭਾਈ ਰਾਈਟ ਹੈ ਅਗਲਾ ਕੀ ਕਹਿੰਦਾ ਕਹਿੰਦਾ ਸਾਰੇ ਦੇ ਸਾਰੇ ਜਿਹੜੇ ਮੋਤਸ ਹੈ ਸਾਰੇ ਦੇ ਸਾਰੇ ਮੋਤਸ ਹੈ ਬੀਇੰਗ ਇਨਸੈਕਟ ਸੀ ਜੇ ਪੋਸਿਬਿਲਟੀ ਕਹਿੰਦਾ ਸਾਰੇ ਦੇ ਸਾਰੇ ਮੋਤਸ ਜਿਹੜੇ ਹੈ ਉਹ ਇਨਸੈਕਟ ਬਣ ਜਾਣ ਉਹ ਇਹ ਵਾਲੇ ਇਨਸੈਕਟ ਮਤਲਬ ਕਿ ਆ ਕੀੜੇ ਬਣ ਜਾਣ ਕੀ ਇਹ ਪੋਸਿਬਿਲਟੀ ਹੈ ਤਾਂ ਦੇਖੋ ਅਗਰ ਇਹ ਸਾਰੇ ਦੇ ਸਾਰੇ ਇੱਥੇ ਜਾਣਗੇ ਸਾਰੇ ਦੇ ਸਾਰੇ ਇਸ ਦੇ ਅੰਦਰ ਜਾਣਗੇ ਤਾਂ ਫਿਰ ਬੱਗ ਨੂੰ ਤਾਂ ਕਵਰ ਨਹੀਂ ਕਰ ਸਕਦਾ ਅਗਰ ਬੱਗ ਨੂੰ ਕਵਰ ਕਰੇਗਾ ਬਾਗੇ ਦੇ ਅੰਦਰ ਜਾਏਗਾ ਤਾਂ ਕੀ ਹੋ ਜਾਏਗਾ ਸਟੇਟਮੈਂਟ ਗਲਤ ਹੋ ਜਾਏਗਾ ਮਤਲਬ ਇਹ ਪੋਸਿਬਿਲਿਟੀ ਨਹੀਂ ਹੋ ਸਕਦੀ ਸੈਕਿੰਡ ਪੋਸਿਬਿਲਿਟੀ ਨਹੀਂ ਹੋ ਸਕਦੀ ਥਰਡ ਕੀ ਕਹਿੰਦਾ ਹੈ ਕਹਿੰਦਾ ਜੀ ਨੋ ਬੱਗੀ ਜੇ ਗ੍ਰਾਫ ਚ ਉੱਪਰ ਕਹਿੰਦਾ ਕੋਈ ਵੀ ਬੱਗ ਗ੍ਰਾਫ ਚ ਉੱਪਰ ਨਹੀਂ ਹੈ ਆਪਾਂ ਨੂੰ ਨਹੀਂ ਪਤਾ ਤਾਂ ਇਹ 100% ਦੀ ਗੱਲ ਕਰ ਰਿਹਾ ਏਕ ਹੀ ਹੋ ਗਿਆ ਗਲਤ ਹੋ ਗਿਆ ਏਕ ਹੀ ਹੋ ਗਿਆ ਭਾਈ ਗਲਤ ਹੋ ਗਿਆ ਅਗਰ ਇਹ ਗਲਤ ਹੈ ਤਾਂ ਸਿਰਫ ਤੇ ਸਿਰਫ ਕੌਣ ਫੋਲੋ ਕਰ ਰਿਹਾ ਹੈ ਫਰਸਟ ਜਿਹੜਾ ਹੈ ਇਹ ਫੋਲੋ ਕਰ ਰਿਹਾ ਹੈ ਤਾਂ ਮਤਲਬ ਕਿ ਫਰਸਟ ਫੋਲੋ ਕਰ ਰਿਹਾ ਤਾਂ অপਸ਼ਨ ਸੀ ਜਿਹੜਾ ਹੈ ਉਹ ਕੀ ਹੋ ਗਿਆ অপਸ਼ਨ ਸੀ ਜਿਹੜਾ ਹੈ ਉਹ ਬਿਲਕੁਲ ਰਾਈਟ ਆਨਸਰ ਹੈ অপশন সি ਜਿਹੜਾ ਹੈ ਉਹ ਬਿਲਕੁਲ ਬਿਲਕੁਲ ਰਾਈਟ ਆਨਸਰ ਹੈ ए ਨਹੀਂ ਹੈ ਮੇਰੇ ਵੀਰੋ ए অপਸ਼ਨ ਤੇ ਦੇਖੋ ਨੇ ਕੀ ਕਿਹਾ ਹੈ ਉਹ ਕਹਿੰਦਾ ਆਈਦਰ ਫਸਟ অর ਥਰਡ ਫੋਲੋ ਇੱਥੇ ਪੋਸਿਬਿਲਟੀ ਕਹਿਆ ਉਹਨੇ 100% ਨਹੀਂ ਕਿਹਾ ਪੋਸਿਬਿਲਟੀ ਕਿਆ ਹੈ 100% ਨਹੀਂ ਕਿਹਾ ਇਸ ਲਈ ਇਹ ਪਹਿਲਾ ਕੀ ਹੋ ਗਿਆ ਗਲਤ ਹੋ ਗਿਆ ਹਾਂ ਅਗਰ ਇੱਥੇ ਅਗਰ ਇੱਥੇ ਮੇ ਬੀ ਵਰਡ ਨਾ ਲੱਗਿਆ ਹੁੰਦਾ ਫਿਰ ਆਪਾਂ ਪੋਸਿਬਿਲਟੀ ਡੈਫੀਨੇਟਲੀ ਇਸ ਦੇ ਵਿੱਚ ਨਾ ਦੇਖ ਕੇ ਕੀ ਦੇਖਦੇ ਆਈਦਰ অর ਕੰਡੀਸ਼ਨ ਦੇਖਦੇ ਅਗਰ ਇੱਥੇ ਮੇਬੀ ਵਾਰਡ ਨਾ ਲੱਗਿਆ ਹੁੰਦਾ ਫਿਰ ਫਸਟ ਤੇ ਥਰਡ ਦੇ ਵਿੱਚ ਕੀ ਬਣ ਜਾਂਦਾ ਇੱਕ ਨੋ ਦਾ ਕੇਸ ਹੈ ਦੂਜਾ ਸਮ ਦਾ ਹੈ ਕਿਹੜਾ ਟੱਚ ਨਹੀਂ ਹੋ ਰਿਹਾ ਤਾਂ ਕੀ ਹੋਏਗਾ ਆਈਦਰ অর ਕੰਡੀਸ਼ਨ ਬਟ ਇੱਥੇ ਆਈਦਰ অর ਗਲਤ ਹੋ ਗਿਆ ਤੇ ਹੁਣ ਪਹਿਲਾ ਹੀ ਫੋਲੋ ਹੋ ਰਿਹਾ ਜਿਹੜਾ ਕਿ ਸੀ অপਸ਼ਨ ਤੇ ਹੈ ਤਾਂ ਸੀ will be ਦਾ ਰਾਈਟ ਆਨਸਰ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਕਲੀਅਰ ਹੋ ਜਾ ਤਾਂ ਫਟਾਫਟ ਥੰਬਸ ਅਪ ਕਰ ਦਿਓ ਫਟਾਫਟ ਥੰਬਸ ਅਪ ਕਰ ਦਿਓ ਕਿ ਹਾਂਜੀ ਸਰ ਇਹ ਚੀਜ਼ ਹੁਣ ਸਾਨੂੰ ਕਲੀਅਰ ਹੋ ਗਈ जिना जिना ਦਾ ਗਲਤ ਹੋਇਆ ਦੁਬਾਰਾ ਚੈੱਕ ਕਰ ਲੈਣਾ ਦੁਬਾਰਾ ਚੈੱਕ ਕਰ ਲੈਣਾ ਇਸ ਦੇ ਵਿੱਚ ਠੀਕ ਹੈ ਸਰ ਜੇ ਤਿੰਨ ਸਟੇਟਮੈਂਟ ਪੋਜੀਟਿਵ ਹੋਣ ਤਾਂ ਕਨਕਲੂਜਨ 네ਗੇਟਿਵ ਵਾਲਾ ਗਲਤ ਆਏਗਾ ਨਾ ਹਮੇਸ਼ਾ ਹਾਂਜੀ ਬਿਲਕੁਲ ਪੂਨਾ ਪੂਨਮ ਪੂਨਮ ਨਿਖੰਡ ਬਿਲਕੁਲ ਰੱਜੀ ਅਗਰ ਸਟੇਟਮੈਂਟ ਸਾਰੀ ਪੋਜੀਟਿਵ ਹੈ ਕੋਈ ਵੀ ਸਟੇਟਮੈਂਟ ਉਹ 네ਗੇਟਿਵ ਦਿੰਦਾ ਹੈ ਗਲਤ ਕਰ ਦੇਣਾ ਹਮੇਸ਼ਾ ਹੀ ਗਲਤ ਕਰ ਦੇਣਾ ਠੀਕ ਹੈ ਜੀ ਕਲੀਅਰ ओके okay जी अगला क्वेश्चन आ गया ਤੁਹਾਡੀ ਸਕਰੀਨ ਤੇ ਅਗਲਾ ਕੁਐਸਚਨ ਆਪਣੀ ਸਕਰੀਨ ਤੇ ਹੈ ਕੀ ਕਹਿ ਰਿਹਾ ਦੇਖੋ ਕਹਿੰਦਾ ਜੀ ਉਹ ਵਿਕਲਪ ਚੁਣੋ ਜੋ ਹੇਠਾਂ ਦਿੱਤੇ ਗਏ ਰਿਸ਼ਤੇ ਨੂੰ ਸਹੀ ਢੰਗ ਨਾਲ ਦਰਸਾਉਂਦੇ ਹੈ ਸਭ ਤੋਂ ਬੈਸਟ ਰਿਲੇਸ਼ਨ ਇਹਨਾਂ ਦੇ ਵਿੱਚ ਕਿਹੜਾ ਦਿਖਾ ਰਿਹਾ ਹੈ ਸਭ ਤੋਂ ਬੈਸਟ ਰਿਲੇਸ਼ਨ ਤਦ ਦੱਸੋ ਬਈ ਕੀ ਹੋਏਗਾ ਸਹੀ ਅਨਸਰ ਕਹਿੰਦਾ ਉਹ ਵਿਕਲਪ ਚੁਣੋ ਜੋ ਹੇਠਾਂ ਦਿੱਤੇ ਗਏ ਸਾਰੇ ਦੇ ਸਾਰੇ ਜੋ ਦਿੱਤੇ ਗਏ ਹੈ ਕਿਹੜੇ-ਕਿਹੜੇ ਆ ਕਹਿੰਦਾ ਕੈਮਿਸਟਰੀ ਹੈ ਮੈਥ ਹੈ ਐਗਰੋਨੋਮੀ ਹੈ ਕੈਮਿਸਟਰੀ ਮੈਥ ਐਗਰੋਨੋਮੀ ਇਹਨਾਂ ਦੇ ਵਿੱਚ ਸਭ ਤੋਂ ਬੈਸਟ ਰਿਲੇਸ਼ਨ ਜਿਹੜਾ ਹੈ ਉਹ ਕਿਹੜਾ ਦਰਸਾ ਰਿਹਾ ਹੈ ਸਭ ਤੋਂ ਬੈਸਟ ਅਦਰ ਰਿਲੇਸ਼ਨ ਤਾਂ ਦੇਖੋ ਅਗਰ ਮੈਂ ਗੱਲ ਕਰਾਂ ਕੈਮਿਸਟਰੀ ਦੀ ਉਹ ਵੀ ਇੱਕ ਕੀ ਹੈ ਸਬਜੈਕਟ ਹੈ ਕੈਮਿਸਟਰੀ ਇੱਕ ਕੀ ਹੈ ਸਬਜੈਕਟ ਹੈ ਸਰ ਮੈਥ ਕੀ ਹੈ ਮੈਥ ਵੀ ਸਰ ਸਬਜੈਕਟ ਹੈ ਔਰ ਐਗਰੋਨੋਮੀ ਕੀ ਹੈ ਐਗਰੋਨੋਮੀ ਵੀ ਸਰ ਇੱਕ ਸਬਜੈਕਟ ਹੈ ਹੈਨਾ ਇਹ ਐਗਰੀਕਲਚਰ ਤੋਂ ਰਿਲੇਟਡ ਹੈ ਸਰ ਇਹ ਸਾਰਿਆਂ ਦੀ ਸਾਂਝੀ ਮਾਤਾ ਹੈ ਸਰ ਮੈਥ ਹੈਨਾ ਔਰ ਕੈਮਿਸਟਰੀ ਕੀ ਹੈ ਕੈਮਿਸਟਰੀ ਸਰ ਸਾਇੰਸ ਤੋਂ ਰਿਲੇਟਡ ਹੈ ਅਮੈਕਸਟਰੀ ਸਾਇੰਸ ਤੋਂ ਰਿਲੇਟਡ ਹੈ ਤਾਂ ਮਤਲਬ ਤਿੰਨੋਂ ਦੇ ਤਿੰਨੋਂ ਕੀ ਹੈ ਅਲੱਗ ਅਲੱਗ ਇੱਕ ਸਬਜੈਕਟ ਹੈ ਅਲੱਗ ਅਲੱਗ ਕੀ ਹੈਗੇ ਆ ਭਾਈ ਸਬਜੈਕਟ ਹੈ ਅਗਰ ਅਲੱਗ ਅਲੱਗ ਸਬਜੈਕਟ ਹੈ ਤਾਂ ਅਲੱਗ ਲੱਗਦਾ ਕਿਹੜਾ ਕੌਨ ਰਿਪਰੈਜ਼ੈਂਟ ਕਰ ਰਿਹਾ ਹੈ অপਸ਼ਨ ਨੰਬਰ A A will be the right answer A ਜਿਹੜਾ ਹੈ ਉਹ ਬਿਲਕੁਲ 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 ਕੀ ਆ ਜਾਏਗਾ ਰਾਈਟ ਆਨਸਰ ਆ ਜਾਏਗਾ ਕਲੀਅਰ ਹੋ ਗਿਆ ਸਾਰਿਆਂ ਨੂੰ ਸਾਰੇ ਜਣਿਆਂ ਨੂੰ ਕਲੀਅਰ ਹੋ ਗਿਆ ਭਾਈ ਦੇਖੋ ਇੱਕ ਇਹ ਕਹਿੰਦਾ ਹੈ ਇਹ ਕਵਰ ਕਰਦਾ ਹੈ B অপਸ਼ਨ ਹੈ ਨਾ ਇਹ ਕਵਰ ਕਰਦਾ ਹੈ ਬਟ ਇਹਨਾਂ ਦੇ ਵਿੱਚੋਂ ਇੱਕ ਦੂਜੇ ਨੂੰ ਤਾਂ ਕੋਈ ਕਵਰ ਕਰ ਹੀ ਨਹੀਂ ਰਿਹਾ ਤਾਂ ਬੀ ਆਪਸ਼ਨ ਦਾ ਹੁੰਦਾ ਨਹੀਂ ਤੀਜੇ ਦੇ ਵਿੱਚ ਸਾਰੇ ਇੱਕ ਦੂਜੇ ਨੂੰ ਕਵਰ ਕਰਦੇ ਆ ਨਾ ਭਾਈ ਨਹੀਂ ਕਰਦੇ ਚੌਥੇ ਦੇ ਵਿੱਚ ਕੁਝ ਇਧਰ ਕੁਝ ਇਧਰ ਨਾ ਵੀ ਇਹਨਾਂ ਦੇ ਵਿੱਚ ਕੋਈ ਲੈਣਾ ਦੇਣਾ ਹੀ ਨਹੀਂ ਹੈ ਕਿਉਂਕਿ ਤਿੰਨੋਂ ਹੀ ਅਲੱਗ-ਅਲੱਗ ਹੈ ਗਿਆ ਤਿੰਨੋਂ ਹੀ ਅਲੱਗ-ਅਲੱਗ ਸਬਜੈਕਟ ਹੈ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਦੇ ਇੱਕ ਵਾਰ ਥੰਬਸ ਅਪ ਕਰ ਦਿਓ ਤੇ ਅਗਲਾ ਕੁਐਸਚਨ ਆਪਣੀ ਸਕਰੀਨ ਤੇ ਆ ਗਿਆ ਕੀ ਹੋਏਗਾ ਇਸ ਦਾ ਆਨਸਰ ਦੱਸ ਦੋ ਬੀ ਲੋ ਜੀ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਗਿਆ ਕੀ ਹੋਏਗਾ ਇਸ ਦਾ ਆਨਸਰ ਦੱਸ ਦੋ ਵੈਰੀ ਗੁੱਡ ਕਿਰਨਪ੍ਰੀਤ ਨੇ ਸਭ ਤੋਂ ਪਹਿਲਾਂ ਆਨਸਰ ਦਿੱਤਾ ਹੈ ਲੇਕਿਨ ਉਹਨਾਂ ਦੇ ਅੱਖਾਂ ਦੇ ਅੱਖਾਂ ਦੇ ਹੰਝੂ ਦੱਸ ਰਹੇ ਹੈ ਕਿ ਉਹਨਾਂ ਨੇ ਮੇਰੇ ਨਾਲ ਮਜ਼ਾਕ ਕੀਤੀ ਹੈ ਹਨਾ ਚਲੋ ਵੀ ਅਗਲਾ ਕੁਐਸਚਨ ਆ ਗਿਆ ਕੀ ਹੋਏਗਾ ਇਸ ਦਾ ਆਨਸਰ ਫਟਾਫਟ ਦੱਸ ਦੋ ਕੀ ਕਹਿ ਰਿਹਾ ਹੈ ਕਹਿੰਦਾ ਵੀ ਫਾਈਂਡ ਦਾ ਵੈਲਿਊ ਆਫ ਕੁਐਸਚਨ ਮਾਰਕ ਕੁਐਸਚਨ ਮਾਰਕ ਦੀ ਵੈਲਿਊ ਫਾਈਂਡ ਕਰਨੀ ਹੈ ਕਹਿੰਦਾ 5 ਹੈ 12.5 ਹੈ 54.5 ਹੈ 333.5 ਹੈ 2676.5 ਹੈ ਅੱਗੇ ਕੀ ਆਏਗਾ ਅੱਗੇ ਕੀ ਆਏਗਾ ਚਲੋ ਚੈੱਕ ਕਰਦੇ ਆਜੋ ਪੁਆਇੰਟ ਦਾ ਦੇਖਦੇ ਹੀ ਸਾਰਿਆਂ ਦੇ ਹੋਸ਼ ਉੱਡ ਗਏ ਕਿਨੂ ਕਿਨੂ ਭਾਈ ਕਬਰਾਟ ਹੋਣ ਲੱਗ ਗਈ ਫਟਾਫਟ ਦੱਸ ਦੋ ਜਿਸ ਜਿਸ ਨੂੰ ਕਬਰਾਟ ਹੋਣ ਲੱਗ ਗਈ ਫਟਾਫਟ ਦੱਸ ਦੋ ਵੀ ਕਿਸੇ ਨੂੰ ਉਲਟੀ ਆਣੀ ਕੋਈ ਅੱਧੇ ਤਾਂ ਉਲਟੀ ਕਰਨ ਵਗ ਵੀ ਗਏ ਹੋਣੇ ਹਨਾ ਕੁਛ ਤਾਂ ਉਲਟੀ ਕਰਨ ਚਲੇ ਵੀ ਗਏ ਭਈ ਜਿੰਨਾ ਜਿੰਨਾਂ ਨੂੰ ਕਬਰਾਟ ਹੋਈ ਹੈ ਉਹ ਹੱਥ ਖੜਾ ਕਰ ਦੋ ਕਿ ਸਰ ਮੈਨੂੰ ਹੋਈ ਹੈ ਜੀ ਹੁਣੇ ਹੀ ਦਵਾਈ ਦੇ ਦੇਨੇ ਆ ਚੂਰਨ ਦੇ ਦੇਨੇ ਆ ਜ਼ਬਰਦਸਤ ਤਰੀਕੇ ਵਾਲਾ ਜਿਹੜਾ ਤੁਸੀਂ ਕਹਿੰਦੇ ਹੋ ਨਾ ਦਿਸ ਇਜ਼ ਦਾ ਚੂਰਨ ਕੁਐਸਚਨ ਹਨਾ ਤੋ ਉਹ ਚੂਰਨ ਤੋਲੇ ਕੋਲੀ ਆ ਤੁਹਾਨੂੰ ਹੀ ਦਊਗਾ ਤੋਦੇ ਹੱਥ ਵਿੱਚ ਹੈ ਲੈਣਾ ਕਿਵੇਂ ਉਹ ਮੈਂ ਤੁਹਾਨੂੰ ਦੱਸ ਰਿਹਾ ਸੰਗਾ ਨਾ ਫਸਾ ਲਿਓ ਜੇ ਕਿੱਥੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਇੱਥੇ ਕੀ ਦਿਖ ਰਿਹਾ ਡਬਲ ਦੇ ਨੇੜੇ ਹੈ ਤਾਂ ਫਿਰ ਘਬਰਾਣਾ ਕਿਉਂ ਹੈ 5 ਨੂੰ 2 ਨਾਲ ਗੁਣਾ ਕੀਤਾ ਕਿੰਨੇ ਹੋ ਗਏ ਕਹਿੰਦੇ ਸਰ ਜੀ 10 ਹੋ ਗਏ 10 ਦੇ ਵਿੱਚ ਕੀ ਜੋੜਾਂ ਮੈਂ 2.5 ਜੋੜ ਦਿਆਂ ਤਾਂ ਕਿੰਨੇ ਹੋ ਜਾਣਗੇ ਕਹਿੰਦੇ ਸਰ ਜੀ 12.5 ਹੋ ਜਾਣਗੇ ਵੀ ਇੰਨਾ ਸੌਖਾ ਤਾਂ ਸਮਝ ਸਕਦੇ ਹੋ ਤੁਸੀਂ ਇੰਨਾ ਸੌਖਾ ਤਾਂ ਸਾਰੇ ਜਿਹਨੇ ਸਮਝ ਹੀ ਸਕਦੇ ਹੋ ਨਾ ਇੰਨਾ ਸੌਖਾ ਤਾਂ ਸਮਝ ਸਕਦੇ ਹੋ ਵੀ 5 ਨੂੰ 2 ਨਾਲ ਗੁਣਾ ਕੀਤਾ 10 ਬਣਿਆ 2.5 ਜੋੜ ਤੇ 12.5 ਮੈਂ ਤਾਂ 12.5 ਬਣਾਣੇ ਸੀ ਮੈਂ ਬਣਾ ਲੇ ਹਨਾ ਮੈਂ ਤਾਂ 12:30 ਬਣਾਣੇ ਸੀ ਬਣਾ ਲੇ ਪਰ ਮੈਂ ਹੁਣ 12:30 ਤੋਂ ਅੱਗੇ ਕਿਵੇਂ ਬਣਾਵਾਂ ਹੁਣ ਤਾਂ ਮੈਨੂੰ ਵੀ ਘਬਰਾਟ ਹੋਣ ਲੱਗੀ ਕਹਿੰਦੇ ਨਹੀਂ ਰਾਜੇ ਨਹੀਂ ਹੋਈ ਕੋਈ ਚੱਕਰ ਨਹੀਂ ਇਹ ਕਿੱਥੇ ਹੈ 12 ਚੁੱਕੇ 48 ਲਗਭਗ 4 ਗੁਣੇ ਦੇ ਨੇੜੇ ਹੈ ਲਗਭਗ 4 ਗੁਣੇ ਦੇ ਨੇੜੇ ਹੈ ਤਾਂ 4 ਕਰ ਦੋ 4 ਕਰ ਦੋ 12 ਚੁੱਕੇ 48 5 ਚੁੱਕੇ ਵੀ 48 ਤੇ 2 ਕਿੰਨੇ ਹੋ ਗਏ 50 ਹੋ ਗਏ ਪਰ ਇਹ ਕਿੰਨੇ ਹੈ 54.5 ਤਾਂ ਕੀ ਕਰ ਦੋ ਮੇਰੇ ਵੀਰ 4.5 ਜੋੜ ਦੋ ਆ ਲਓ ਜੀ ਹੋ ਗਿਆ ਸਰ ਜੀ ਕਿੰਨੇ ਬਣ ਗਏ ਕਹਿੰਦੇ 54.5 ਬਣ ਗਏ ਸਰ ਲੜੀ ਤੁਰਪੀ ਕਿ ਨਹੀਂ ਤੁਰੀ ਲੜੀ ਤਰਪੀਗ ਨਹੀਂ ਤੁਰੀ ਹੁਣ ਚੂਰਨਖਾਨ ਦਾ ਜੀ ਕਰੀ ਜਾਂਦਾ ਨਾ ਵੀ ਖਾ ਲਈਏ ਹੁਣ ਘਬਰਾਟ ਨਹੀਂ ਹੋਏਗੀ ਕਿਉਂਕਿ ਪਹਿਲਾ 2 ਦੇ ਨਾਲ ਗੁਣਾ 4 ਦੇ ਨਾਲ ਹੁਣ ਵਾਰੀ ਕਿਸ ਦੀ ਹੈ ਤਾਂ ਹੁਣ ਵਾਰੀ ਆ 54.5 ਦੀ ਹੁਣ ਮੈਂ ਕਿੰਨੇ ਨਾਲ ਗੁਣਾ ਕਰਾਂ ਤਾਂ ਇੱਥੇ ਦੇਖੋ 2 4 ਤੋਂ ਬਾਅਦ 8 ਦੇ ਨਾਲ ਵੀ ਗੁਣਾ ਹੋ ਸਕਦਾ ਹੈ 6 ਦੇ ਨਾਲ ਵੀ ਪਰ ਮੈਨੂੰ ਇੱਥੇ ਕੀ ਲੱਗ ਰਿਹਾ ਜੇ 8 ਦੇ ਨਾਲ ਗੁਣਾ ਕਰੂੰਗਾ ਵੀ 54 ਹੈ ਗਿਆ ਮੈਂ ਇਹਨੂੰ 8 ਨਾਲ ਗੁਣਾ ਕਰੂੰਗਾ ਮੈਂ 54 ਨੂੰ 54 ਵੀ ਨਾ ਮੰਨਿਆ ਮੈਂ 50 ਮੰਨਿਆ 8 ਨਾਲ ਗੁਣਾ ਕੀਤਾ ਤੇ 8 5 40 ਮਤਲਬ 400 ਦੇ ਪਾਰ ਹੋ ਜਾਏਗਾ ਮੇਰਾ ਅੰਕੜਾ ਪਰ ਮੇਰੇ ਕੋਲ ਤਾਂ 333 ਚ ਮੈਨੂੰ ਤਾਂ 333 ਚਾਹੀਦੇ ਆ ਤਾਂ ਇਹ ਤਾਂ 400 ਤੋਂ ਪਾਰ ਚਲਾ ਜਾਏਗਾ ਤਾਂ ਮਤਲਬ 8 ਨਾਲ ਗੁਣਾ ਨਹੀਂ ਹੋਏਗਾ ਕਿੰਦੇ ਨਾਲ ਹੋਏਗਾ 6 ਦੇ ਨਾਲ ਕਿੰਦੇ ਨਾਲ ਹੋਏਗਾ 6 ਦੇ ਨਾਲ ਹੁਣ 6 ਨਾਲ ਗੁਣਾ ਕਰੋ 6 ਨਾਲ ਗੁਣਾ ਕਰੋ 6 5 30 3 ਕੈਰੀ 6 ਚੁੱਕੇ 24 24 ਤੇ 3 27 ਕੈਰੀ ਬਚ ਗਈ 2 6 5 30 ਤੇ 2 32 ਕਿੰਨੇ ਹੋ ਗਏ 327 ਪਲੱਸ ਕੀ ਕਰ ਦੋ 6.5 ਕਰ ਦੋ ਪਲੱਸ ਕੀ ਕਰ ਦੋ 6.5 ਕਰ ਦੋ ਕਿੰਨੇ ਹੋ ਗਏ 327 ਤੇ 6 333.5 ਹਾਂਜੀ ਵੀ ਦੱਸ ਦੋ ਇੱਕ ਵਾਰ ਥੰਮਸ ਅਪ ਕਰਕੇ ਦੱਸ ਦੋ ਕਿ ਹਾਂਜੀ ਸਰ ਹੁਣ ਇਹ ਕੁਐਸਚਨ ਸਾਨੂੰ ਕਲੀਅਰ ਹੋ ਗਿਆ ਬਈ ਹੁਣ ਇਹ ਕੁਐਸਚਨ ਕਲੀਅਰ ਹੋ ਗਿਆ ਹੁਣ ਇਹ ਕੁਐਸਚਨ ਜਿਹੜਾ ਹੈ ਇਹ ਬਿਲਕੁਲ ਕ੍ਰਿਸਟਲ ਕਲੀਅਰ ਹੋ ਗਿਆ ਸਾਨੂੰ ਹੁਣ ਨਹੀਂ ਦੱਬਦੇ ਅਸੀਂ ਹੁਣ ਨਹੀਂ ਦੱਬਦੇ ਬਈ ਫਟਾਫਟ ਦੱਸ ਦੋ ਕਲੀਅਰ ਹੋ ਗਿਆ ਤਾਂ ਸਿੰਪਲ ਜャ ਮੈਥਡ ਹੈ ਮਲਟੀਪਲੀਕੇਸ਼ਨ ਨਾਲ ਜਾਣਾ ਹੈ ਇਹ ਮੈਨੂੰ ਕਿਵੇਂ ਪਤਾ ਲੱਗਿਆ ਮਲਟੀਪਲੀਕੇਸ਼ਨ ਨਾਲ ਜਾਣਾ ਹੈ ਮੈਂ ਤੁਹਾਨੂੰ ਦੱਸਿਆ ਸੀ ਡਿਫਰੈਂਸ ਜਦੋਂ ਨੰਬਰ ਨੇੜੇ ਨੇੜੇ ਮਲਟੀਪਲੀਕੇਸ਼ਨ ਜਦੋਂ ਪਹਿਲਾ ਨੰਬਰ ਛੋਟਾ ਲਾਸਟ ਬਹੁਤ ਵੱਡਾ ਹੈ ਪਹਿਲਾ ਨੰਬਰ 5 ਹੈ ਇਹ ਨੰਬਰ 2676 ਹੈ ਅਗਲੇ ਉਹਨਾਂ ਤੋਂ ਵੀ ਵੱਡੇ ਆ ਜਾਂਦੇ ਆ ਤਾਂ ਮਤਲਬ ਕਿ ਇਹ ਮਲਟੀਪਲੀਕੇਸ਼ਨ ਨਾਲ ਜਾਣਾ ਮੇਰੇ ਦਿਮਾਗ ਦੇ ਵਿੱਚ ਕੋਈ ਕੰਟੀ ਨਹੀਂ ਲੱਗੀ ਹੋ ਜੋ ਮੈਂ ਡਾਇਰੈਕਟ ਕਰਦਾ ਵੀ ਹਾਂ ਇਵੇਂ ਹੋ ਗੋ ਨਹੀਂ ਮੈਂ ਸੋਚਦਾ ਸੋਚਿਆ ਕਿਵੇਂ 5 ਤੋਂ 12.54 333 2676 ਨੰਬਰ ਵੱਧਦੇ ਹੀ ਜਾ ਰਹੇ ਆ ਵੱਧੇ ਜਾ ਰਹੇ ਆ ਤਾਂ ਮਲਟੀਪਲਾਈ ਵੱਦੇ ਜਾ ਰਿਹਾ ਤਾਂ ਮਲਟੀਪਲਾਈ ਅਗਲਾ ਕੁਐਸਚਨ ਕੀ ਹੋਏਗਾ ਤਾਂ 333 .5 ਗੁਣਾ ਕਿਦੇ ਨਾਲ 8 ਦੇ ਨਾਲ 8 ਦੇ ਨਾਲ ਕਿੰਨਾ ਜਿਵੇਂ ਵੀ ਗੁਣਾ ਕਰੋਗੇ ਇਹਦੇ ਨਾਲ ਫਿਰ ਲਾਸਟ ਦੇ ਵਿੱਚ ਪਲੱਸ ਕਿੰਨੇ ਹੋਣਗੇ 8.5 ਜਿਵੇਂ ਮੈਂ 8.5 ਪਲੱਸ ਕੀਤਾ ਮੇਰੇ ਕੋਲ ਕਿੰਨੇ ਆ ਗਏ 2676.5 ਹੁਣ ਵਾਰੀ ਕਿੰਦੀ ਹੈ ਭਾਈ ਹੁਣ ਤੁਸੀਂ ਕਹੋਗੇ ਕਿ ਸਰ ਜੀ ਵਾਰੀ ਹੈ 2676.5 ਮਲਟੀਪਲਾਈ ਬਾਏ 10 मल्टीप्लाई बाई दस जदों दस ना गुणा करोगे तो कि होजूगा होजूगा हो सर जी छब्बी पांच क्योंकि पॉइंट उड़ जूगा ना सीधी जी गल है पॉइंट एक पिछे चला गया प्लस करना है दस पॉइंट पांच प्लस करना है दस पॉइंट पांच तो छब्बी हज़ार सत सौ पैंठ प्लस दस पॉइंट पांच करों तो कि आ जाएगा तो तुम कहो ये आ जाएगा जी छब्बी पैंठ है पिचत् हो जाएगा है ना सत सौ पिचत् पॉइंट लो जी 26 775.5 ਕਿੱਥੇ ਹੈ 26775.5 ਸੀ ਆਪਸ਼ਨ ਥਿਸ ਇ ਚੂਰਨ ਕੁਐਸਚਨ ਹੁਣ ਜਿੰਨੂੰ ਜਿੰਨੂੰ ਕਬਰਾਟ ਉਲਟੀ ਤੇ ਜੋ ਵੀ ਕੁਛ ਦਿੱਕਤ ਹੋਈ ਸੀ ਫਟਾਫਟ ਹੁਣ ਚੂਰਨ ਖਾ ਲੋ ਚੂਰਨ ਕਿਹੜਾ ਬਾਹੂਬਲੀ ਸਰਵਲਾ ਇਹ ਵਾਲਾ ਹੈ ਨਾ ਬਾਹੂਬਲੀ ਸਰਦਾ ਇਹ ਵਾਲਾ ਚੂਰਨ ਖਾ ਲੋ ਮੈਂ ਤੁਹਾਨੂੰ ਕਹਿਣਾ ਕਿ ਬਾਹੂਬਲੀ ਜਿਹੜੀਆਂ ਟ੍ਰਿਕਸ ਹੈ ਨਾ ਤੁਹਾਨੂੰ ਇਹ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਡੈਫੀਨੇਟਲੀ ਪਹੁੰਚਾਣਗੀਆਂ ਇਹ ਵਾਲਾ ਸੀਕੁਐਂਸ ਹੁਣ ਆਜੇ ਕਦੋਂ ਵੀ ਆਜੇ ਸਕਰੀਨਸ਼ਾਟ ਲੈਣਾ ਹੈ ਲੈ ਲਓ ਜਦੋਂ ਵੀ ਆ ਗਿਆ ਏ ਇਹਨੂੰ ਹੁਣ ਚੱਕ ਦੇਣਾ ਇਹੋ ਜਿਹਾ ਕੁਝ ਵੀ ਮਿਲ ਗਿਆ ਤਾਂ ਚੱਕ ਦੇਣਾ ਵੈਰੀ ਗੁੱਡ ਵੈਰੀ ਗੁੱਡ ਵੀ ਪਰਮ ਰੰਦਾਵਾ ਵਾਸਤੇ ਤਾਲੀਆਂ ਵਜਾ ਦਿਓ ਵੀ ਇਹਨਾਂ ਦਾ ਬ੍ਰਿਲੀਅੰਟ ਕੁਐਸਚਨ ਹੈ ਕਿ ਸਰ ਸਾਰਾ ਟਾਈਮ ਤੇ ਇਦਾਂ ਹੀ ਲੱਗ ਜੇਗਾ ਤਾਂ ਰੰਦਾਵਾ ਜੀ ਨੌਕਰੀ ਲੈਣੀ ਸੋਖੀ ਨਹੀਂ ਹੈ 5 ਲੱਖ ਕੈਂਡੀਡੇਟ ਦੇ ਵਿੱਚੋਂ 50 ਸਿਲੈਕਟ ਹੋਣੇ ਆ ਤਾਂ ਸੋਖਾ ਨਹੀਂ ਹੈ ਮੇਰੇ ਵੀਰ ਇਹ ਮਿਹਨਤ ਕਰਨੀ ਪੈਣੀ ਹੈ ਇਹ ਮਿਹਨਤ ਕੋਈ ਇਦਾਂ ਨਹੀਂ ਹੈ ਕਿ ਡੇਲੀ ਡੇਲੀ ਹੁਣ ਇਦਾਂ ਹੀ ਕਰੋਗੇ ਇੰਨੇ ਦੇ ਪ੍ਰੈਕਟਿਸ ਕਰੋ 20 ਕੁਸ਼ਣ ਹੈ ਜੇ ਪ੍ਰੈਕਟਿਸ ਮਾਰ ਦੋ ਦਿਮਾਗ ਦੇ ਵਿੱਚ ਛੱਪੀ ਹੋ ਗਈ ਦੇਖਦੇ ਹੀ ਪਤਾ ਲੱਗ ਜਾਊਗਾ ਵੀ ਕਿਹੜਾ ਹੈ ਬਾਕੀ ਜੇ ਮਹਿੰਦਰ ਸਰ ਨੇ ਇੱਕ ਕਰਾਇਆ ਆਪਾਂ ਲਿਖ ਲਿਆ ਤੇ ਉਹਨੂੰ ਦੇਖਦੇ ਰਹੇ ਤਾਂ ਫੇਰ ਤਾਂ ਭਾਈ ਜੀ ਉਹੀ ਗੱਲ ਹੈ ਵੀ ਕੰਮ ਬਹੁਤ ਔਖਾ ਫੇਰ ਨੌਕਰੀ ਲੱਗਣੀ ਉਸ ਤੋਂ ਵੀ ਔਖੀ ਹੈ ਮੇਰੀ ਇਸ ਗੱਲ ਨੂੰ ਧਿਆਨ ਰੱਖ ਲੈਣਾ ਠੀਕ ਹੈ ਤੁਹਾਨੂੰ ਅਗਰ ਪੰਜਾਬ ਦੇ ਇਨੇ ਯੂਥ ਦੇ ਵਿੱਚੋਂ ਅਗਰ ਤੁਹਾਨੂੰ ਸਿਲੈਕਟ ਕਰਕੇ ਗਵਰਨਮੈਂਟ ਤੋਂ ਦੇ ਖਾਤੇ 'ਚ ਮਹੀਨੇ ਵਾਲੇ ਦਿਨ 30000 35000 40000 50000 60000 ਲੱਖ ਰੁਪਇਆ ਪਾਏਗੀ ਨਾ ਤਾਂ ਉਹਦੇ ਵਾਸਤੇ ਮਿਹਨਤ ਤਾਂ ਕਰਨੀ ਪੈਣੀ ਹੈ ਆਦਰਵਾਇਜ਼ ਸਰਕਾਰੀ ਖਜ਼ਾਨੇ 'ਚੋਂ ਪੈਸਾ ਕਢੋਣਾ ਸੌਖੀ ਗੱਲ ਨਹੀਂ ਹੈ ਬਾਪੂ ਦੀ ਜੇਬ 'ਚੋਂ ਕਢਾਉਣਾ ਬਹੁਤ ਸੌਖਾ ਹੈ ਵੀਰੇ ਦੀ ਜੇਬ 'ਚੋਂ ਕਢਾਉਣਾ ਬਹੁਤ ਸੌਖਾ ਹੈ ਪਰ ਮਿਹਨਤ ਕਰਕੇ ਜਦੋਂ ਨੌਕਰੀ ਲਾ ਕੇ ਆਪਦੇ ਖਾਤੇ 'ਚ ਆ ਕੇ ਤੇ ਉਹ ਕੱਢ ਕੇ ਜਦੋਂ ਬਾਪੂ ਨੂੰ ਦਈਏ ਨਾ ਸਵਾਦ ਉਸ ਗੱਲ ਦਾ ਹੈ ਸਵਾਦ ਉਸ ਗੱਲ ਦਾ ਹੈ ਕਿ ਹਾਂਜੀ ਕੀ ਹਾਂਜੀ ਸਰ ਬਿਲਕੁਲ ਮਜ਼ਾ ਆ ਗਿਆ ਇਸ ਚੀਜ਼ ਦਾ ਹੈਨਾ ਕਲੀਅਰ ਹੋ ਗਈ ਗੱਲ ਤਾਂ ਇਸ ਲਈ ਮਿਹਨਤ ਕਰਨੀ ਪੈਣੀ ਹੈ ਜਿਹੜੇ ਸੋਚਦੇ ਆ ਵੀ ਇਹ ਬਹੁਤ ਵੱਡਾ ਹੈ ਸਾਰਾ ਟਾਈਮ ਸਾਨੂੰ ਇਹਦੇ ਚ ਲੱਗ ਜਾਏਗਾ ਤਾਂ ਮੈਂ ਪਹਿਲਾਂ ਹੀ ਕਹਿ ਦੇਣਾ ਭਾਈ ਪੈਨ ਛੱਡ ਦਿਓ ਕਾਪੀ ਛੱਡ ਦਿਓ ਕਰਦਿਆਂ ਨੂੰ ਕਹਿ ਦਿਓ ਵੀ ਹਾਂਜੀ ਦੱਸੋ ਕੀ ਕੰਮ ਤੰਦਾ ਹੈ ਜੇ ਖੇਤੀ ਹੈ ਤਾਂ ਭਾਈ ਖੇਤੀ ਕਰ ਲਓ ਜੇ ਕੋਈ ਬਿਜ਼ਨਸ ਹੈ ਤਾਂ ਬਿਜ਼ਨਸ ਬਾਪੂ ਦਾ ਹੱਥ ਵਟਾਓ ਵੀਰੇ ਦਾ ਹੱਥ ਵਟਾਓ ਜੇ ਕਿਸੇ ਦਾ ਕੋਈ ਹੋਰ ਕੰਮ ਹੈ ਤਾਂ ਉਹ ਕਰਨ ਲੱਗ ਜਾਓ ਫਿਰ ਇਹਨੂੰ ਛੱਡ ਦਿਓ ਜੇ ਮਿਹਨਤੋਂ ਡਰਦੇ ਹੋ ਸਪਸ਼ਟ ਜੀ ਗੱਲ ਹੈ ਸਿੱਧੀ ਜੀ ਗੱਲ ਹੈ ਅਸੀਂ ਕੋਈ ਕਿਸੇ ਨੂੰ ਇਦਾਂ ਨਹੀਂ ਕਹਿੰਦੇ ਵੀ ਜਿਸ ਦੇ ਕਰਦੀਆਂ ਮਜਬੂਰੀਆਂ ਵੀ ਆਪਦੀ ਮਜਬੂਰੀਆਂ ਨੂੰ ਛੱਡ ਕੇ ਪੜਨ ਬੈਜੋ ਨਹੀਂ ਪਾਈ ਮਜਬੂਰੀਆਂ ਹੈ ਮਨ ਹੈ ਤੁਹਾਨੂੰ ਲੱਗਦਾ ਹੈ ਕਿ ਹਾਂ ਯਾ ਡੈਫੀਨੇਟਲੀ ਮਿਹਨਤ ਕਰਕੇ ਗਵਰਨਮੈਂਟ ਜੌਬ ਲੱਗ ਕੇ ਮਜਬੂਰੀਆਂ ਸਾਰੀਆਂ ਦੂਰ ਕਰ ਦੂੰਗਾ ਫੇਰ ਆਓ ਤੇ ਜੇ ਐਵੇਂ ਲੱਗਦਾ ਵੀ ਨਹੀਂ ਯਾਰ ਆਪਾਂ ਦਾ ਬਸ ਠੀਕ ਹੈ ਟਾਈਮ ਪਾਸ ਲਈ ਆ ਰਹੇ ਆ ਤਾਂ ਬਾਈ ਅੱਜ ਹੀ ਛੱਡ ਦਿਓ ਕੋਈ ਨਾ ਕੋਈ ਧੰਦਾ ਕਰ ਲੋ ਕਾਮਯਾਬ ਹੋ ਜਾਓਗੇ ਕਾਮਯਾਬ ਹੋ ਜਾਓਗੇ ਇਹ ਗੱਲ ਫਾਈਨਲੀ ਹੈ ਠੀਕ ਹੈ ਕਿਸੇ ਨਾ ਕੋਈ ਤੱਕਾ ਨਹੀਂ ਹੈ ਕਿਸੇ ਨਾ ਕੋਈ ਕੁਝ ਵੀ ਨਹੀਂ ਹੈ ਮਨ ਨਾਲ ਸਟੱਡੀ ਕਰੋ ਇਮਾਨਦਾਰੀ ਨਾਲ ਕਰੋ ਜੇ ਆਪਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਤਾਂ ਜੇ ਉਸ ਦੇ ਵਿੱਚ ਕੋਈ ਕਿਸੇ ਵੀ ਤਰੀਕੇ ਦੀ ਬੇਈਮਾਨੀ ਹੈ ਤਾਂ ਮੇਰੇ ਤੋਂ ਲਿਖਵਾ ਕੇ ਲੈ ਜਾਓ ਨੌਕਰੀ ਨਹੀਂ ਲੱਗੂਗੀ ਭਾਵੇਂ ساری ਜ਼ਿੰਦਗੀ ਪੜਦੇ ਰਹੀਓ ਭਾਵੇਂ ਕਿਤਾਬਾਂ ਕੋਲ-ਕੋਲ ਕੇ ਕੁੰਡੀ ਚੋਂ ਦਾ ਜਾਮ ਬਣਾ ਕੇ ਪੀ ਜਿਓ ਪਰ ਨੌਕਰੀ ਨਹੀਂ ਲੱਗਣੀ ਜੇ ਤੁਹਾਡੇ ਮਨ ਦੇ ਵਿੱਚ ਇੱਛਾ ਨਹੀਂ ਹੈ ਤਾਂ ਠੀਕ ਹੈ ਜੀ ਅਗਲਾ ਕੁਐਸਚਨ ਆ ਗਿਆ ਤੁਹਾਡੀ ਸਕਰੀਨ ਤੇ ਕੀ ਹੋਏਗਾ ਇਸ ਦਾ ਆਨਸਰ ਫਟਾਫਟ ਦੱਸ ਦੋਗੇ ਫਟਾਫਟ ਦੱਸੋ ਇਸ ਦਾ ਆਨਸਰ ਕੀ ਹੋਏਗਾ ਆਜੋ ਵੀ ਕੀ ਹੋਏਗਾ ਇਸ ਦਾ ਆਨਸਰ ਕਿਤਾਬ ਸਰ ਬੰਨੂ ਵੀ ਬੜੇ ਔਖੇ ਜਿਹੇ ਲੱਗਦੇ ਹੈ ਲੈ ਸਰ ਸ਼ੀਸ਼ੇ ਚ ਦੇਖੋ ਸਰ ਤੁਸੀਂ ਸ਼ੀਸ਼ੇ ਚ ਆਪ ਨੂੰ ਦਿਨ ਚ ਕਿੰਨੀ ਵਾਰ ਦੇਖਦੇ ਹੋ ਸਰ ਸ੍ਰੀ ਗਾਲ ਵੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤਿਆਰੀਆਂ ਚੱਲ ਰਹੀਆਂ ਜੋਰਾਂ ਸ਼ੋਰਾਂ ਨਾਲ ਹਾਂ ਵੀ ਇਹ ਆਪਸ਼ਨ ਇਹ ਆਪਸ਼ਨ ਦੇਖੋ ਸਾਰੇ ਨੰਨੇ ਨਹੀਂ ਰਿਢਾ ਰਿਹਾ ਚਿਪ ਕੱਢੇ ਹੋਏ ਇਹਨਾਂ ਨੇ ਪੂਰੇ ਚਿਪ ਕੱਢੇ ਹੋਏ ਸਰ ਮੈਂ ਵੀ ਟਗਾ ਟੱਕ ਕੰਮ ਚੱਲਿਆ ਤਾਂ ਪੂਰਾ 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 ਸਰ ਜਮਾ ਸਿਰੇ ਦਾ ਇਹ ਸਾਰੇ ਜਣੇ ਆਜੋ 7 ਵਜੇ ਸੈਸ਼ਨ ਹੈਗਾ ਆਪਣਾ ਸਟਡੀ ਕਲਾਸ ਹੈਰੀ ਨਹੀਂ ਫੇਰ ਕੀ ਸਰ ਸੈਸ਼ਨ ਲਓ ਬੱਚਿਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਚਲ 7 ਵਜੇ ਸੈਸ਼ਨ ਹੈਗਾ ਕੁਝ ਤਿਆਰੀ ਕਰ ਰਹੇ ਹਾਂ ਤੁਹਾਡੇ ਵਾਸਤੇ ਲੈਪਟਾਪ ਭਾਤੀ ਚੱਕਿਆ ਹੋਇਆਗਾ ਤੇ ਆਜੋ 7 ਵਜੇ ਤੇ ਉਹਦੇ ਚ ਕੀ ਕਰਨਾ ਹੈਗਾ ਸਟਰੈਟਜੀ ਕਿ ਲਾਸਟ 15 ਦਿਨ ਦੀ ਮੈਥ ਕਿਵੇਂ ਪੜ੍ਹਨੀ ਹੈਗੇ ਮੈਥ ਦੇ ਕਿਹ ਕਿ ਟੌਪਿਕ ਪੜ੍ਹਨੇ ਹੈਗੇ ਰੀਜਨਿੰਗ ਦੇ ਬਾਰੇ ਵੀ ਕਰ ਰਹ ਕਿਉਂ ਕਿ ਇਕੱਠੇ ਹੀ ਆਣਨ ਨਾ ਨੇ ਬਿਲਕੁਲ ਕਿਹੜੇ ਕਿਹੜੇ ਟੋਪਿਕ ਛੱਡਨੇ ਨਹੀਂ ਗਏ ਤਾਂ 7 ਵਜੇ ਸਾਰੇ ਬੱਚੇ ਆ ਜਾਏ ਇਸ ਤੋਂ ਸਹੀ 11 12 ਮਿੰਟ ਬਾਅਦ ਸੈਸ਼ਨ ਹੈਗਾ ਸਹੀ 7 ਵਜੇ ਤਾਂ ਆ ਜਾ ਜੀ ਸੈਸ਼ਨ ਦੇ ਵਿੱਚ ਠੀਕ ਹੈ ਸਾਰੇ ਜਣੇ ਗੱਲ ਕਰਾਂਗੇ ਕਿਸ ਤਰੀਕੇ ਨਾਲ ਪੜ੍ਹਨਰ ਤੁਹਾਨੂੰ ਸੱਦਾ ਦੇਣ ਆਇਆ ਵੀ ਮਠਾਈ ਦਾ ਡੱਬਾ ਡੂਬਾ ਸਾਰੇ ਜਣੇ ਲੈ ਕੇ ਆਈਓ ਹਾਂ ਮੈਨੂੰ ਨਾਰੀਅਲ ਬਰਫੀ ਪਸੰਦ ਹੈ ਸਰ ਕੋਕੋਨਟ ਵਾਲੀ ਅੱਛਾ ਕੋਕੋਨਟ ਵਾਲੀ ਚਲੋ ਲਿਆਈਓ ਬਰਫੀ ਦਾ ਸਰ ਮੈਨੂੰ ਵੀ ਪਸੰਦ ਹੈ ਪਰ ਤੁਸੀਂ ਕੋਕੋਨਟ ਕਹਤੀ ਚਲੋ ਵੀ ਕੋਕੋਨਟ ਹੀ ਲੈ ਆਈਓ ਵੀ ਸਰ ਵਾਸਤੇ ਠੀਕ ਹੈ ਚਲੋ ਆਜੋ ਵੀ ਜਿਹੜਾ ਬੱਚਾ ਆਊਗਾ ਉਹਨਾਂ ਨੂੰ ਆਪਾਂ ਦੇ ਦਾਂਗੇ ਸਾਡਾ ਬੇਡ ਬੱਚੀ ਬਿਲਕੁਲ 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 ਸਰ ਉਹਨਾਂ ਨੂੰ ਦਵਾਂਗੇ ਤੁਸੀਂ ਆਓ ਤਾਂ ਸਰੀ ਮੋਸਟ ਵੈਲਕਮ ਹੈ ਬਸ ਤੁਹਾਡਾ ਤੁਹਾਡੇ ਮਤਲਬ ਤੁਹਾਡੇ ਉਹ ਕਹਿੰਦੇ ਹੁੰਦੇ ਨਾ ਸਰ ਕੀ ਕਹਿੰਦੇ ਉਹ ਵਾਈਟੀ ਤੇ ਰਹੇ ਜੇ ਵਾਈਟੀ ਤੇ ਕਲਾਸ ਹੈਗੀ ਕਰਦਾ ਹੁਣ ਸਰ ਦੀ ਕਲਾਸ ਖਤਮ ਹੋਏਗੀ ਮੇਰੀ ਚાલુ ਹੋ ਜਾਏਗੀ ਹਾਂ YouTube ਤੇ ਹੀ ਹੈ राजे ਸਰ ਉਹ ਕੀ ਕਹਿੰਦੇ ਹੁੰਦੇ ਆ ਪਲਕੇ ਵਿਖਾ ਵਿਛਾ ਕੇ ਇੰਤਜ਼ਾਰ ਕਰ ਰਹੇ ਹਨ ਉਹ ਕਹਿੰਦੇ ਨਾ ਦਿਲ ਨੇ ਕਹਾ ਦੇਖੇ ਜੋ ਹੁਸਨ ਯਾਰ ਕੇ ਹਨ ਆਇਆ ਇਹ ਕੋਈ ਨੂੰ ਪਰਸੇ ਉਤਾਰ ਕੇ ਉਹ ਗੱਲ ਹੈ ਤੁਸੀਂ ਜਦੋਂ ਆਉਂਗੇ ਨਾ ਥੋੜਾ ਵੈਲਕਮ ਕਰਾਂਗੇ ਸਾਰੇ ਦੇ ਬਿਲਕੁਲ ਠੀਕ ਹੈ ਦਿলো ਵੈਲਕਮ ਕਰਾਂਗੇ ਭਾਈ ਠੀਕ ਹੈ ਆਜੋ ਸਾਰੇ ਚਲੋ ਆਜੋ ਭਾਈ ਆਜੋ 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 ਇਸ ਕੁਐਸਚਨ ਤੇ ਆਜੋ ਕੀ ਕਹਿੰਦਾ ਕਹਿੰਦਾ ਵੀ ਉਹ ਵਿਕਲਪ ਚੁਣੋ ਜੋ ਦਿੱਤੇ ਗਏ ਸੁਮੇਲ ਦੇ ਸੀਸੇ ਦੇ ਚਿੱਤਰ ਨੂੰ ਪ੍ਰਦਰਸ਼ਿਤ ਕਰਦਾ ਤਾਂ ਸੀਸੇ ਦੇ ਵਿੱਚ ਮਤਲਬ ਕਿ ਮਿਰਰ ਇਮੇਜ ਮਿਰਰ ਇਮੇਜ ਦਾ ਮਤਲਬ ਕੀ ਹੈ ਰਾਈਟ ਹੈਂਡ ਸਾਈਡ ਮਿਰਰ ਇਮੇਜ ਲੋ ਜੀ ਰਾਈਟ ਹੈਂਡ ਸਾਈਡ ਮਿਰਰ ਇਮੇਜ ਹੋ ਗਿਆ ਤਾਂ ਆਈ ਦਾ ਤਾਂ ਸੇਮ ਆਈ ਰਹੇਗਾ ਐਚ ਦਾ ਸੇਮ ਐਚ ਰਹੇਗਾ ਹੁਣ ਗੱਲ ਕਿੱਥੇ ਆ ਜਾਂਦੀ ਹੈ ਗੱਲ ਅੜਦੀ ਹੈ 6 ਤੇ ਹੁਣ ਦੇਖੋ 6 ਦੀ ਜੋ ਚੀਜ਼ ਨੇੜੇ ਉਹ ਨੇੜੇ ਰਹੇਗੀ ਮਤਲਬ ਕਿ ਇਸ ਤਰੀਕੇ ਦੇ ਨਾਲ ਤਾਂ 6 ਕਿਵੇਂ ਆਏਗਾ ਇਸ ਤਰੀਕੇ ਦੇ ਨਾਲ ਤਾਂ ਐਚ ਆਈ 6 ਤਾਂ ਇਹਦੇ ਵਿੱਚ ਦੇਖੋ ਐਚ ਆਈ 6 6 ਸਿੱਧਾ ਕਰਤਾ ਦੋ ਨੰਬਰ ਗਲਤ ਹੈ ਉਲਟਾ ਕਰਤਾ 9 ਨੰਬਰ 4 ਨੰਬਰ ਵੀ ਗਲਤ ਹੈ ਹੁਣ 1 ਕੀ ਹੋ ਜਾਏਗਾ ਉਲਟਾ ਹੋ ਜਾਏਗਾ ਭਾਈ 1 ਕੀ ਹੋ ਜਾਏਗਾ ਉਲਟਾ ਹੋ ਜਾਏਗਾ ਫਿਰ ਅੱਗੇ ਆਉਂਗੇ ਕਯੂ ਆ ਲੋ ਜੀ ਆ ਗਿਆ ਕਯੂ ਹੁਣ ਕਯੂ ਦੇ ਵਿੱਚ ਦੇਖੋ ਆ ਵਾਲੀ ਸੀਸੇ ਦੇ ਨੇੜੇ ਹੈ ਨਾ ਅਗਰ ਇਹ ਚੀਜ਼ ਸੀਸੇ ਦੇ ਨੇੜੇ ਆ ਤਾਂ ਦੂਸਰੀ ਵੀ ਕੀ ਰਹੇਗੀ ਭਾਈ ਦੂਸਰੀ ਵੀ ਕੀ ਰਹੇਗੀ ਨੇੜੇ ਹੀ ਰਹੇਗੀ ਤਾਂ ਮਤਲਬ ਕਯੂ ਇਸ ਤਰੀਕੇ ਨਾਲ ਆ ਕੇ ਇੱਥੇ ਆਏਗਾ ਤਾਂ ਕਯੂ ਦੇਖੋ ਇਸ ਦੇ ਵਿੱਚ ਕੀ ਦੇਤਾ ਸਿੱਧਾ ਦੇਤਾ 3 ਨੰਬਰ ਆਪਸ਼ਨ ਗਲਤ A will be the right answer. A ਜਿਹੜਾ ਹੈ ਉਹ ਬਿਲਕੁਲ 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 ਤੁਹਾਡਾ ਕੀ ਹੋ ਜਾਏਗਾ right answer ਹੋ ਜਾਏਗਾ। ਕਲੀਅਰ ਹੋ ਗਿਆ? ਕਲੀਅਰ ਹੋ ਗਿਆ? ਕਲੀਅਰ ਹੋ ਗਿਆ ਤਾਂ ਫਟਾਫਟ ਇੱਕ ਵਾਰ ਥੰਬਸ ਅਪ ਕਰ ਦਿਓ। ਫਟਾਫਟ ਇੱਕ ਵਾਰ ਥੰਬਸ ਅਪ ਕਰ ਦਿਓ ਕਿ ਹਾਂਜੀ ਸਰ ਇਹ ਚੀਜ਼ ਕਲੀਅਰ ਹੋ ਗਈ। ਇਹ ਚੀਜ਼ ਕਲੀਅਰ ਹੋ ਗਈ। ਸੀਸੇ ਦੇ ਵਿੱਚ ਹਮੇਸਾ ਕੀ ਹੋਏਗਾ ਲੈਫਟ ਰਾਈਟ ਦੇ ਵਿੱਚ ਚੇਂਜ ਹੋਏਗਾ ਬਟ ਤੁਹਾਡੇ ਕੁਝ ਵਰਡ ਹੈ ਜੋ ਮਿਰਰ ਇਮੇਜ ਦੇ ਵਿੱਚ ਚੇਂਜ ਨਹੀਂ ਹੁੰਦੇ ਇੰਗਲਿਸ਼ ਦੇ ਤਾਂ ਭਾਈ ਉਹ ਨੋਟ ਕਰ ਲੈਣਾ। ਉਹ ਨੋਟ ਕਰ ਲੈਣਾ ਜਿਹੜੇ ਚੇਂਜ ਨਹੀਂ ਹੁੰਦੇ ਕਿਹੜੇ-ਕਿਹੜੇ ਹੈ ਉਹ ਹੈ ਜੀ ਵੇ ਹਿਮ ਟੂ ਐਕਸ ਯੂ ਵੀ ਇਹ ਨੰਬਰ ਇਹ ਵਾਲੇ ਅਲਫਾਬੈਟ ਨੋਟ ਕਰ ਲੈਣਾ ਇਹ ਮਿਰਰ ਇਮੇਜ ਦੇ ਵਿੱਚ ਕਦੇ ਵੀ ਚੇਂਜ ਨਹੀਂ ਹੁੰਦੇ ਮਿਰਰ ਇਮੇਜ ਦੇ ਵਿੱਚ ਕਦੇ ਚੇਂਜ ਨਹੀਂ ਹੋਣਗੇ ਵਾਟਰ ਇਮੇਜ ਦੇ ਵਿੱਚ ਤਾਂ ਹੋਣਗੇ ਹੀ ਹੋਣਗੇ ਮਿਰਰ ਇਮੇਜ ਚ ਕਦੇ ਵੀ ਚੇਂਜ ਨਹੀਂ ਹੋਣਗੇ ਕਲੀਅਰ ਹੈ ਭਾਈ ਕਲੀਅਰ ਹੈ ਚਲੋ ਜੀ ਅਗਲਾ ਕੁਐਸਚਨ ਆ ਗਿਆ ਤੁਹਾਡੀ ਸਕਰੀਨ ਤੇ ਤੇ ਇਹ ਆ ਗਿਆ ਤੁਹਾਡੇ ਲਈ ਮੇਰੇ ਵੀਰ ਹੋਮਵਰਕ ਹੋਮਵਰਕ ਕੁਐਸਚਨ ਆ ਗਿਆ ਸਕਰੀਨਸ਼ਾਟ ਲੈ ਲੈਣਾ ਸਾਰੇ ਜਿਨੇ ਸਾਰੇ ਜਿਨੇ ਇਸ ਦਾ ਸਕਰੀਨਸ਼ਾਟ ਲੈ ਲੈਣਾ ਔਰ ਆਨਸਰ ਕਰਨਾ ਹੈ ਮੈਨੂੰ ਕਮੈਂਟ ਬਾਕਸ ਦੇ ਵਿੱਚ ਔਰ ਇਸ ਦੇ ਨਾਲ ਨਾਲ ਦੂਸਰੀ ਗੱਲ ਇਹ ਹੈ ਕਿ ਆਪਣਾ ਪੰਜਾਬ ਪਟਵਾਰੀ ਦੇ ਲਈ ਵੀ ਸਪੈਸ਼ਲ ਇੱਕ 3000 ਐਮਸੀਕਿਊਜ਼ ਦਾ ਬੈਚ ਸਟਾਰਟ ਹੋ ਚੁੱਕਿਆ ਹੈ 3000 ਐਮਸੀਕਿਊਜ਼ ਦਾ ਇਹਦੇ ਵਿੱਚ 1000 ਕਵੈਸਚਨ ਹੈਗੇ ਆ 3000 ਕਵੈਸਚਨ ਹੈ ਨਾ ਕਿ ਰੁਪਏ ਹੈ ਰੁਪਏ ਬਹੁਤ ਘਟ ਹੈ 919 ਰੁਪਏ ਦਾ ਇਹ ਬੈਚ ਹੈ ਮਾਤਰ اور ਮਾਤਰ 919 ਦਾ वाई592 ਡਿਸਕਾਊਂਟ ਕੂਪਨ ਕੋਡ ਲਗਾ ਕੇ ਜਦੋਂ ਇਹਨੂੰ ਲਾਉਂਗੇ ਤਾਂ ਤਾਂ ਇਹ ਅੱਜ ਤੋਂ ਸਟਾਰਟ ਹੋਇਆ ਹੈ ਅਗਰ ਤੁਸੀਂ ਆਪਦੀ ਪ੍ਰੈਕਟਿਸ ਨੂੰ ਹੋਰ ਵਧੀਆ ਕਰਨਾ ਚਾਹੁੰਦੇ ਹੋ ਹੋਰ ਬਿਹਤਰ ਕਰਨਾ ਚਾਹੁੰਦੇ ਹੋ ਤਾਂ ਇਹ ਬੈਚ ਤੁਹਾਡੇ ਲਈ ਬਹੁਤ 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 ਇੰਪੋਰਟੈਂਟ ਹੈ ਠੀਕ ਹੈ ਜੀ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਇੱਥੇ ਨਹੀਂ ਕਲਾਸ ਦੇ ਐਂਡ ਤੇ ਬਾਅਦ ਇੱਥੇ ਤਾਂ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਬਟ ਕਲਾਸ ਦੇ ਐਂਡ ਦੇ ਬਾਅਦ ਕਮੈਂਟ ਕਰਕੇ ਦੱਸਣਾ ਹੈ ਕਲਾਸ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਹੁਣ ਮੈਂ ਤੁਹਾਨੂੰ ਦੱਸ ਦੇਣਾ ਭਾਈ ਇਨਰੋਲਮੈਂਟ ਕਿਵੇਂ ਲੈਣੀ ਹੈ ਤਾਂ ਇਨਰੋਲਮੈਂਟ ਲੈਣ ਦੇ ਵਾਸਤੇ ਤੁਹਾਨੂੰ ਕਰਨਾ ਕੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਜਾਓਗੇ ਕਿੱਥੇ Google baba ਤੇ ਕਿੱਥੇ ਜਾਓਗੇ ਭਾਈ Google baba ਤੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਜਾਣਾ ਹੈ Google ਤੇ ਆ ਲੋ ਜੀ Google ਤੇ ਆ ਗਏ Google ਤੇ ਆਣ ਤੋਂ ਬਾਅਦ adda247 ਜਿਵੇਂ ਹੀ ਓਪਨ ਕੀਤਾ ਫਰਸਟ ਲਿੰਕ ਓਪਨ ਕਰਨਾ ਹੈ ਹਾਂਜੀ ਸਰ ਕਰ ਲਿਆ ਫਰਸਟ ਲਿੰਕ ਓਪਨ ਕਰ ਲਿਆ ਇਹ ਆ ਗਿਆ ਹੁਣ ਇੱਥੇ ਜਦੋਂ ਆਉਂਗੇ ਨਾ ਤਾਂ 올 ਕੋਰਸ ਤੇ ਜਾਣਾ ਹੈ 올 ਕੋਰਸ ਦੇ ਵਿੱਚ ਸਟੇਟ ਐਗਜ਼ਾਮ ਸਟੇਟ ਐਗਜ਼ਾਮ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ ਅਗਰ ਮੈਂ ਪੰਜਾਬ ਪੁਲਿਸ ਦੀ ਗੱਲ ਕਰਾਂ ਪੰਜਾਬ ਪੁਲਿਸ ਦੇ ਵਿੱਚ ਆਪਣਾ ਜਿਹੜਾ ਬੈਚ ਹੈ ਨਿਆ ਕਨਸਟੇਬਲ ਔਰ ਸਬ ਇੰਸਪੈਕਟਰ 3.0 ਬੈਚ ਇਹ ਆਪਣਾ ਸਟਾਰਟ ਹੋ ਰਿਹਾ 9 ਮਈ ਤੋਂ ਅਗਰ ਇਸ ਦੇ ਵਿੱਚ ਇਨਰੋਲਮੈਂਟ ਲੈਣੀ ਹੈ ਤਾਂ वाई 592 ਡਿਸਕਾਊਂਟ ਕੂਪਨ ਕੋਡ ਲਗਾ ਕੇ ਲੈਣੀ ਹੈ ਠੀਕ ਹੈ ਔਰ ਇਸ ਦੇ ਨਾਲ ਨਾਲ ਦੇਖੋ ਜਿਵੇਂ ਪੰਜਾਬ ਪੁ ਪਟਵਾਰੀ ਦੀ ਤਿਆਰੀ ਕਰ ਰਹੇ ਹੋ ਔਰ ਫਾਈਨਲ ਟੱਚ ਦੇਣਾ ਚਾਹੁੰਦੇ ਹੋ ਤਾਂ ਫਿਰ ਤੁਹਾਡੇ ਲਈ ਪੰਜਾਬ ਪਟਵਾਰੀ ਰਿਵੀਜ਼ਨ ਬੈਚ ਹੈ ਹੁਣ ਇਹ ਰਿਵੀਜ਼ਨ ਬੈਚ ਦੇ ਵਿੱਚ انرੋਲਮੈਂਟ ਕਿਵੇਂ ਲੈਣੀ ਹੈ ਤਾਂ ਬੈਚ ਤੇ ਕਰੋਗੇ ਕਲਿੱਕ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਧਰ ਜਦੋਂ ਆਉਂਗੇ ਤਾਂ ਇੱਥੇ ਆਣਾ ਹੈ ਮੋਰ অপਸ਼ਨ ਤੇ ਮੋਰ অপਸ਼ਨ ਤੇ ਉਸ ਤੋਂ ਪਹਿਲਾਂ ਇੱਕ ਡਿਸਕਾਊਂਟ ਕੂਪਨ ਕੋ ਲੱਗਿਆ ਉਹਨੂੰ ਹਟਾ ਲਓ ਜਿਵੇਂ ਹੀ ਬਾਈ ਨਾਊ ਕਰੋਗੇ ਤਾਂ ਤੁਹਾਨੂੰ ਪ੍ਰਾਈਸ ਦਿਖੇਗਾ 3996 ਬਟ ਇਹ ਬਹੁਤ ਘੱਟ ਹੈ ਕਦੋਂ ਜਦੋਂ ਤੁਸੀਂ ਡਿਸਕਾਊਂਟ ਕੂਪਨ ਕੋਡ ਲਾਉਂਗੇ Y592 Y592 ਜਿਵੇਂ ਹੀ Y592 ਲਾਉਂਗੇ ਅਪਲਾਈ ਕਰੋਗੇ ਤਾਂ ਤੁਹਾਡਾ ਜਿਹੜਾ ਇਹ ਵਾਲਾ ਬੈਚ ਹੈ ਇਹ ਤੁਹਾਨੂੰ ਮਿਲੇਗਾ 919 ਰੁਪਏ ਦਾ ਇਸ ਦੇ ਵਿੱਚ 3000 ਪਲੱਸ MCQ ਤੇ ਤੁਹਾਡੀ ਪ੍ਰੈਕਟਿਸ ਹੋਏਗੀ ਸਾਰੇ ਟੀਚਰਸ ਦੇ ਦੁਆਰਾ ਸਿਰਫ ਔਰ ਸਿਰਫ MCQ ਜਿਸ ਇਹ ਤੁਹਾਨੂੰ ਡਿਟੇਲ ਨਹੀਂ ਪੜਾਇਆ ਜਾਏਗਾ ਡਾਇਰੈਕਟਲੀ MCQਸ ਕਰਵਾਏ ਜਾਣਗੇ ਉਹਨਾਂ ਦੀ ਬੇਸਿਕ ਚੀਜ਼ਾਂ ਦੱਸੀਆਂ ਜਾਣਗੀਆਂ ਜੋ ਉਹਨਾਂ ਦੇ ਸ਼ਾਰਟਕੱਟਸ ਹੈ ਉਹ ਤੁਹਾਨੂੰ ਦੱਸੇ ਜਾਣਗੇ ਤਾਂ ਤੁਸੀਂ ਇਸ ਬੈਚ ਦੇ ਵਿੱਚ ਇਨਰੋਲਮੈਂਟ ਲੈ ਸਕਦੇ ਹੋ ਅੱਜ ਹੀ ਬੈਚ ਸਟਾਰਟ ਹੋਇਆ ਹੈ ਤਾਂ ਜ਼ਿਆਦਾ ਦੇਰ ਨਾ ਕਰਿਓ ਕਿਉਂਕਿ ਫਿਰ ਤੁਹਾਨੂੰ ਬਾਕੀ ਕਲਾਸੇ ਰਿਕਾਰਡਡ ਮਿਲਣਗੀਆਂ ਔਰ ਲਾਈਵ ਤਾਂ ਫਿਰ ਤੁਸੀਂ ਬੈਚ ਲਾਉਂਗੇ ਉਸ ਤੋਂ ਬਾਅਦ ਹੀ ਮਿਲੇਗਾ ਤਾਂ ਅੱਜ ਹੀ ਕਲਾਸ ਐਂਡ ਤੋਂ ਜਸਟ ਬਾਅਦ ਜਾਣਾ ਹੈ ਔਰ ਫਟਾਫਟ ਇਸ ਦੇ ਵਿੱਚ ਇਨਰੋਲਮੈਂਟ ਲੈਣਾ ਹੈ Y592Y592 ਡਿਸਕਾਊਂਟ ਕੂਪਨ ਕੋਡ ਲਗਾ ਕੇ ਠੀਕ ਹੈ ਜੀ ਚਲੋ ਤਾਂ ਹੁਣ ਆ ਨਾਲ ਡੇਲੀ ਜੁੜਨਾ ਤੁਸੀਂ ਸ਼ਾਮ ਨੂੰ 6 ਵਜੇ ਔਰ ਉਸ ਤੋਂ ਪਹਿਲਾਂ ਸਵੇਰੇ 11 ਵਜੇ ਤਾਂ ਓਕੇ ਰਾਜੇ ਬਾਏ ਬਾਏ ਟੇਕ ਕੇਅਰ ਸਸ਼ੀਕਾਲ ਸਾਰਿਆਂ ਨੂੰ ਮਿਲਦੇ ਆਂ ਫਿਰ ਨੈਕਸਟ ਸੈਸ਼ਨ ਦੇ ਵਿੱਚ